ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਜਿੰਦਰ ਸਿੰਘ, ਮੈਂ ਡਾਕਟਰ ਅਮਨਪ੍ਰੀਤ ਕੌਰ, ਤੇ ਅਸੀਂ ਹਾਜ਼ਰ ਹੋਏ ਆ ਫੇਰ ਤੋਂ ਨਵੇਂ ਐਪੀਸੋਡ ਦੇ ਨਾਲ, ਤੇ ਨਵੀਆਂ ਚਾਰ ਟੀਮਾਂ ਲੈ ਕੇ ਪ੍ਰਸ਼ਨੋਤਰੀ ਮੁਕਾਬਲੇ ਦੇ ਵਿੱਚ, ਜਿਸ ਦਾ ਨਾਮ ਹੈ ਗਿਆਨ ਪ੍ਰਚੰਡ। ਇਹਨਾਂ ਮੁਕਾਬਲਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ 30 ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ, ਤੇ ਇਹਨਾਂ 30 ਟੀਮਾਂ ਦੇ ਵਿੱਚੋਂ 4 ਟੀਮਾਂ ਅੱਜ ਇਸ ਮੁਕਾਬਲੇ ਲਈ ਇੱਥੇ ਪਹੁੰਚ ਚੁੱਕੀਆਂ ਨੇ। ਇਹਨਾਂ ਟੀਮਾਂ ਦੇ ਵਿੱਚੋਂ ਅੱਜ ਦੇ ਮੁਕਾਬਲਿਆਂ ਦੇ ਜਿਹੜੇ 6 ਗੇੜ ਹੋਣਗੇ, ਵੱਖ ਵੱਖ ਵਿਸ਼ਿਆਂ ਤੇ ਸਵਾਲ ਜਵਾਬ ਹੋਣਗੇ, ਤੇ ਜਿਹੜੀਆਂ 2 ਸਰਵੋਤਮ ਟੀਮਾਂ ਹੋਣਗੀਆਂ ਪਹੁੰਚਣਗੀਆਂ ਜੀ ਸੈਮੀਫਾਈਨਲ ਦੇ ਵਿੱਚ, ਤੇ ਸੈਮੀਫਾਈਨਲ ਦੇ ਵਿੱਚ ਫਿਰ 4 ਟੀਮਾਂ ਦੇ ਮੁਕਾਬਲੇ ਹੋਣਗੇ, ਤੇ ਉਹਦੇ ਵਿੱਚੋਂ 4 ਟੀਮਾਂ ਪਹੁੰਚਣਗੀਆਂ ਜੀ ਫਾਈਨਲ ਮੁਕਾਬਲੇ ਵਿੱਚ। ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਫਾਈਨਲ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਲਈ ਇਨਾਮ ਘੋਸ਼ਿਤ ਕੀਤੇ ਗਏ ਨੇ। ਜੀ ਬਿਲਕੁਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਬੱਚਿਆਂ ਦੇ ਵਿੱਚ ਉਤਸ਼ਾਹ ਬਣਾਈ ਰੱਖਣ ਦੇ ਲਈ, ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਲਈ ਵੱਡੇ ਇਨਾਮ ਨੇ ਜਿਹੜੇ ਉਹ ਐਲਾਨ ਕੀਤੇ ਗਏ ਨੇ। ਜਿਹੜੀ ਟੀਮ ਇਹਨਾਂ ਮੁਕਾਬਲਿਆਂ ਦਰਮਿਆਨ ਪਹਿਲਾ ਸਥਾਨ ਹਾਸਲ ਕਰੇਗੀ ਉਹ ਹੱਕਦਾਰ ਹੋਏਗੀ ਜੀ 1,00,000 ਰੁਪਏ ਦੇ ਇਨਾਮ ਦੀ, ਤੇ ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਦਿੱਤੇ ਜਾਣਗੇ 75,000 ਰੁਪਏ ਦੇ ਨਗਦ ਇਨਾਮ। ਤੇ ਇਸੇ ਤਰ੍ਹਾਂ ਹੀ ਜਿਹੜੀ ਟੀਮ ਤੀਸਰਾ ਸਥਾਨ ਹਾਸਲ ਕਰੇਗੀ ਉਸ ਨੂੰ 51,000 ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਨਿਵਾਜਿਆ ਜਾਏਗਾ ਜੀ। ਇਸੇ ਤਰ੍ਹਾਂ ਹੁਣ ਇਨਾਮਾਂ ਬਾਰੇ ਬੱਚਿਆਂ ਨੂੰ ਪਤਾ ਲੱਗ ਗਿਆ, ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹੋਣਗੀਆਂ, ਬਿਲਕੁਲ ਜੀ, ਕਿਉਂਕਿ ਹਰ ਟੀਮ ਚਾਹੁੰਦੀ ਹੈ ਕਿ ਇਨਾਮ ਸਾਡੀ ਝੋਲੀ ਵਿੱਚ ਪਵੇ। ਤੇ ਕੋਈ ਗੱਲ ਨਹੀਂ, ਅਸੀਂ ਬਹੁਤੀ ਦੂਰੀ ਨਹੀਂ ਤੁਹਾਡੇ ਤੇ ਇਸ ਮੁਕਾਬਲੇ ਦੇ ਵਿੱਚ ਬਣਾਉਂਦੇ ਮੁਕਾਬਲਾ ਸ਼ੁਰੂ ਕਰਨ ਲਈ, ਪਰ ਸਭ ਤੋਂ ਅਹਿਮ ਸਾਡੀਆਂ ਟੀਮਾਂ ਦੀ ਜਾਣ ਪਹਿਚਾਣ ਹੋਣੀ ਉਹ ਵੀ ਬੇਹੱਦ ਲਾਜ਼ਮੀ ਹੈ। ਲਾਜ਼ਮੀ ਹੈ ਜੀ, ਬਿਲਕੁਲ ਜੀ, ਆਪਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰ ਲਈਏ ਜੀ। ਜਿਹੜੀ ਸਾਡੇ ਦਰਮਿਆਨ ਪਹਿਲੀ ਟੀਮ ਪਹੁੰਚੀ ਹੈ ਉਹ ਹੈ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਕਪੂਰਥਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੂਸਰੀ ਟੀਮ ਹੈ ਆਲਾ ਨੰਬਰ ਟੀਮ, ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਸਾਡੀ ਤੀਸਰੀ ਟੀਮ ਪਹੁੰਚੀ ਹੈ ਜੀ ਉਹ ਹੈ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਸੇ ਤਰ੍ਹਾਂ ਸੱਸਾ ਟੀਮ ਹੈ ਜਿਹੜੀ ਕਿ ਚੌਥੀ ਟੀਮ ਹੈ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਸ ਆਕੜ ਪਟਿਆਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਮੈਮ ਟੀਮਾਂ ਪਹੁੰਚ ਚੁੱਕੀਆਂ ਨੇ, ਆਪਾਂ ਜਾਣ ਪਹਿਚਾਣ ਕਰਵਾਤੀ ਹੈ, ਹੁਣ ਮੇਰੇ ਖਿਆਲ ਚ ਆਪਾਂ ਨੂੰ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ, ਇਹਨਾਂ ਨੂੰ ਰੂਲਸ ਦੇ ਬਾਰੇ ਆਪਾਂ ਦੱਸ ਦਈਏ ਜੀ। ਜੀ, ਟੀਮਸ ਨੂੰ ਰੂਲਸ ਬਾਰੇ ਦੱਸ ਦਿੰਦੇ ਆ, 6 ਗੇੜ ਹੋਣਗੇ ਇਸ ਐਪੀਸੋਡ ਦੇ, ਇਸ ਮੁਕਾਬਲੇ ਦੇ, ਤੇ ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਵੱਖ ਵੱਖ ਗੇੜ ਹੋਣਗੇ, ਤੇ ਹਰੇਕ ਟੀਮ ਤੋਂ 3-3 ਸਵਾਲ ਹਰ ਇੱਕ ਰਾਊਂਡ ਦੇ ਵਿੱਚ ਪੁੱਛੇ ਜਾਣਗੇ। ਤਾਂ ਤੁਹਾਨੂੰ ਦੱਸ ਦਈਏ ਕਿ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਤੁਹਾਨੂੰ 10 ਸੈਕਿੰਡ ਦਾ ਸਮਾਂ ਮਿਲੇਗਾ, ਉਸ ਤੋਂ ਬਾਅਦ ਬੈਲ ਹੋਵੇਗੀ, ਬੈਲ ਦੇ ਵੱਜਣ ਤੇ ਜਾਂ ਉਸ ਤੋਂ ਬਾਅਦ ਜੇਕਰ ਤੁਸੀਂ ਸਵਾਲ ਦਾ ਜਵਾਬ ਦਿੰਦੇ ਹੋ ਤਾਂ ਉਹ ਅੰਕ ਨੇ ਜਿਹੜੇ ਤੁਹਾਡੇ ਉਹ ਨਹੀਂ ਮਿਲਣਗੇ ਤੁਹਾਨੂੰ, ਤੇ ਹਰ ਅੰਕ ਹੈ ਹਰ ਸਵਾਲ ਹੈ ਜਿਹੜਾ ਉਹ 10 ਅੰਕ ਦਿੱਤੇ ਜਾਣਗੇ ਉਸੇ ਤੁਹਾਨੂੰ। ਇਹਦੇ ਨਾਲ ਹੀ ਤੁਹਾਨੂੰ ਜਦੋਂ ਸਵਾਲ ਪੁੱਛਿਆ ਜਾਂਦਾ ਤੇ ਹਰ ਸਵਾਲ ਦੀਆਂ 4 ਆਪਸ਼ਨਸ ਵੀ ਤੁਹਾਨੂੰ ਦੱਸੀਆਂ ਜਾਣਗੀਆਂ, ਆਪਸ਼ਨ ਸੁਣਨ ਤੋਂ ਬਾਅਦ ਹੀ ਤੁਸੀਂ ਜਵਾਬ ਦੇਣਾ, ਤੇ ਸਵਾਲ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਇੱਕ ਵਾਰ 'ਚ ਜਾਂ ਆਪਸ਼ਨਸ ਭੁੱਲ ਜਾਂਦੀਆਂ ਨੇ ਨਹੀਂ ਸਮਝ ਆਈਆਂ, ਤੁਸੀਂ ਨਾਲ ਦੀ ਨਾਲ ਹੱਥ ਖੜਾ ਕਰਕੇ, ਤੁਹਾਡੇ 'ਚੋਂ ਕੋਈ ਵੀ ਇੱਕ ਟੀਮ ਮੈਂਬਰ ਹੱਥ ਖੜਾ ਕਰਕੇ ਸਾਨੂੰ ਦੱਸ ਸਕਦੇ ਹੋ, ਅਸੀਂ ਉਹ ਸਵਾਲ ਤੇ ਆਪਸ਼ਨਸ ਦੁਹਰਾ ਦੇਵਾਂਗੇ। ਠੀਕ ਹੈ ਜੀ? ਠੀਕ ਹੈ ਜੀ, ਕਾਹਲੀ ਨਹੀਂ ਕਰਨੀ, ਪੂਰੀ ਧਿਆਨ ਦੇ ਨਾਲ ਸਵਾਲ ਸੁਣਨਾ ਹੈ।
ਤਿਆਰੀ ਹੈ ਸਰ? ਬਿਲਕੁਲ ਜੀ ਤਿਆਰੀ ਹੈ ਰਜਿੰਦਰ ਸਰ, ਫੇਸ ਤੇ ਸਮਾਈਲ ਨਹੀਂ ਦਿਖ ਰਹੀ ਹੈ ਇਹਨਾਂ ਦੇ, ਕੀ ਹੋਇਆ, ਡਰ ਲੱਗ ਰਿਹਾ ਹੈ? ਹਜੇ ਆਪਾਂ ਸਵਾਲਾਂ ਤੇ ਜਦੋਂ ਦੌਰ ਸ਼ੁਰੂ ਕਰਾਂਗੇ ਹੌਲੀ ਕੌਨਫੀਡੈਂਸ ਆਊਗਾ, ਜਦੋਂ ਜਵਾਬ ਆਉਣ ਲੱਗ ਜਾਣੇ ਇਹਨਾਂ ਨੂੰ ਤੇ ਚਿਹਰੇ ਵੀ ਖਿੜ ਜਾਣਗੇ। ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਸ ਮੁਕਾਬਲੇ ਦਾ ਪਹਿਲਾ ਰਾਊਂਡ ਹੈ ਉਹ ਗੁਰਮਤ ਸਿਧਾਂਤ ਅਤੇ ਸਿੱਖ ਰਹਿਤ ਮਰਿਆਦਾ ਦੇ ਨਾਲ ਸੰਬੰਧਿਤ ਹੈ। ਇਸ ਵਿਸ਼ੇ ਨਾਲ ਸੰਬੰਧਿਤ ਤੁਹਾਨੂੰ ਸਵਾਲ ਪੁੱਛੇ ਜਾਣੇ ਨੇ ਜੀ। ਤਾਂ ਆਪਾਂ ਮੁਕਾਬਲੇ ਦਾ ਆਗਾਜ਼ ਕਰਦੇ ਹਾਂ ਜੀ ਮੈਮ ਜੀ। ਮੁਕਾਬਲੇ ਲਈ ਹੁਣ ਸਭ ਤੋਂ ਪਹਿਲਾਂ ਅਸੀਂ ਪਹੁੰਚਦੇ ਹਾਂ ਊੜਾ ਟੀਮ ਕੋਲ। ਤੁਹਾਡੇ ਲਈ ਪਹਿਲਾ ਸਵਾਲ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਕੌਣ ਹਨ? ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ। ਚਲਿਏ ਦੱਸਣੇ ਤੇ ਟਾਈਮ, ਤੁਸੀਂ ਨਾਮ ਦੱਸਣਾ ਜਿਹੜੇ ਮੈਂ ਬੋਲੇ। ਆਪਸ਼ਨ ਏ, ਟੀਮ ਊੜਾ ਨੇ ਜਵਾਬ ਦਿੱਤਾ ਆਪਸ਼ਨ ਏ, ਮਤਲਬ ਆਪਸ਼ਨ ਏ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ। ਇਹਨਾਂ ਦਾ ਇਹ ਜਵਾਬ ਗਲਤ ਹੋ ਗਿਆ। ਸਹੀ ਜਵਾਬ ਹੈ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ। ਤੇ ਹੁਣ ਅਸੀਂ ਚੱਲਦੇ ਹਾਂ ਐੜਾ ਟੀਮ ਕੋਲ। ਅਸੀਂ ਚੱਲਦੇ ਜੀ ਆੜਾ ਟੀਮ ਦੇ ਵੱਲ, ਜਿਹੜੀ ਪਹੁੰਚੀ ਹੈ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ। ਪੁੱਛੀਏ ਜੀ ਸਵਾਲ। ਤੁਹਾਡਾ ਸਵਾਲ ਹੈ ਜੀ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਿੱਥੇ ਕੀਤਾ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਜੀ, ਭੋਰਾ ਸਾਹਿਬ, ਬੇਰ ਸਾਹਿਬ, ਕੋਠਾ ਸਾਹਿਬ ਜਾਂ ਫਿਰ ਮੰਜੀ ਸਾਹਿਬ। ਕੋਠਾ ਸਾਹਿਬ। ਇਹ ਪੁੱਛਿਆ ਹੈ ਜਾਂ ਦੱਸਿਆ ਹੈ? ਇੱਕ ਮੈਂ ਸਾਰੀਆਂ ਟੀਮ ਨੂੰ ਦੱਸ ਦਿਆਂ, ਜੇਕਰ ਤੁਸੀਂ ਜਵਾਬ ਦਿੰਦੇ ਹੋ ਤਾਂ ਉੱਚੀ ਆਵਾਜ਼ ਦੇ ਵਿੱਚ ਦੇਣਾ ਹੈ, ਠੀਕ ਹੈ ਜੀ? ਤੁਸੀਂ ਜਵਾਬ ਦਿੱਤਾ ਹੈ ਜੀ ਕੋਠਾ ਸਾਹਿਬ, ਤੇ ਤੁਹਾਡਾ ਇਹ ਜਵਾਬ ਹੈ ਜਿਹੜਾ ਬਿਲਕੁਲ ਸਹੀ ਹੈ ਜੀ। ਤਾਂ ਇਸ ਟੀਮ ਦੇ ਖਾਤੇ ਦੇ ਵਿੱਚ ਜੁੜਦੇ ਨੇ ਜੀ 10 ਅੰਕ। ਤੇ ਥੋੜਾ ਚੜ੍ਹਦੀ ਕਲਾ ਵਿੱਚ ਰਹੋ, ਠੀਕ ਹੈ? ਸਹੀ ਜਵਾਬ ਹੋ ਗਿਆ, 10 ਨੰਬਰਾਂ ਨਾਲ ਤੁਹਾਡਾ ਖਾਤਾ ਖੁੱਲ੍ਹ ਚੁੱਕਿਆ ਹੈ ਜੀ। ਜੀ ਹੁਣ ਈੜੀ ਟੀਮ ਨੂੰ ਸਵਾਲ ਪੁੱਛਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵਿੱਚ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹੁੰਦਾ ਹੈ? ਅੰਮ੍ਰਿਤ ਵੇਲੇ, ਦੁਪਹਿਰ ਵੇਲੇ, ਸ਼ਾਮ ਵੇਲੇ ਜਾਂ ਰਾਤ ਨੂੰ? ਅੰਮ੍ਰਿਤ ਵੇਲੇ। ਬਿਲਕੁਲ ਸਹੀ ਜਵਾਬ। ਤਾਂ ਪਹਿਲੇ ਰਾਊਂਡ ਦਾ ਪਹਿਲਾ ਸਵਾਲ ਇਹਨਾਂ ਨੂੰ ਪੁੱਛਿਆ ਗਿਆ ਸੀ, ਈੜੀ ਟੀਮ ਨੂੰ, ਤੇ ਇਹਨਾਂ ਨੂੰ ਮਿਲਦੇ ਨੇ 10 ਨੰਬਰ। ਅਸੀਂ ਚੱਲਦੇ ਹਾਂ ਜੀ ਸੱਸਾ ਟੀਮ ਦੇ ਕੋਲ। ਤਿਆਰੀ ਹੈ ਜੀ? ਤੁਹਾਡਾ ਸਵਾਲ ਹੈ ਜੀ ਫੇਰ, ਥਾਲ ਵਿੱਚ 3 ਵਸਤੂ ਪਈ ਹੋ, ਸ਼ਬਦ ਦਾ ਸਿਰਲੇਖ ਕੀ ਹੈ? ਤੁਹਾਡੇ ਆਪਸ਼ਨ ਨੇ ਮੁੰਦਾਵਣੀ ਮਹੱਲਾ ਪਹਿਲਾ, ਮੁੰਦਾਵਣੀ ਮਹੱਲਾ ਪੰਜਵਾਂ, ਸਲੋਕ ਮਹੱਲਾ ਪਹਿਲਾ ਜਾਂ ਫਿਰ ਸਲੋਕ ਮਹੱਲਾ ਪੰਜਵਾਂ। ਮੁੰਦਾਵਣੀ ਮਹੱਲਾ ਪੰਜਵਾਂ। ਇਹਨਾਂ ਨੇ ਉੱਤਰ ਦਿੱਤਾ ਹੈ ਜੀ ਮੁੰਦਾਵਣੀ ਮਹੱਲਾ ਪੰਜਵਾਂ, ਤੇ ਇਹਨਾਂ ਦਾ ਇਹ ਉੱਤਰ ਹੈ ਜਿਹੜਾ ਉਹ ਸਹੀ ਹੋ ਜਾਂਦਾ ਹੈ। ਤੇ ਇਸ ਦੇ ਨਾਲ ਹੀ ਇਸ ਟੀਮ ਦੇ ਖਾਤੇ ਦੇ ਵਿੱਚ ਵੀ 10 ਅੰਕ ਨੇ ਜਿਹੜੇ ਜੁੜ ਚੁੱਕੇ ਨੇ। ਊੜਾ ਟੀਮ ਲਈ ਦੂਸਰਾ ਸਵਾਲ, ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸ ਅੰਗ ਤੇ ਸੁਸ਼ੋਭਿਤ ਹੈ? ਆਪਸ਼ਨਸ ਹਨ 1429, 1430, 1340 ਜਾਂ 1427। 1430। ਇਸ ਵਾਰੇ ਜਵਾਬ ਫਿਰ ਗਲਤ ਹੋ ਗਿਆ। ਸਹੀ ਜਵਾਬ ਹੈ 1429। ਸਿਰਫ 1 ਅੰਕ ਦਾ ਫਰਕ ਰਹਿ ਗਿਆ। ਤੁਸੀਂ ਸ਼ਾਇਦ ਜਲਦੀ ਕਰ ਗਏ, ਥੋੜ੍ਹਾ ਜਿਹਾ ਟਾਈਮ ਲੈ ਸਕਦੇ ਹੋ, ਠੀਕ ਹੈ? ਤੁਹਾਡੇ ਕੋਲ 10 ਸੈਕਿੰਡ ਦਾ ਸਮਾਂ ਹੁੰਦਾ ਹੈ। ਹੁਣ ਚੱਲਦੇ ਹਾਂ ਅਸੀਂ ਐੜਾ ਟੀਮ ਵੱਲ। ਐੜਾ ਟੀਮ ਦਾ ਸਵਾਲ ਹੈ ਜੀ ਜਿਹੜਾ,
ਹਰ ਸਿੱਖ ਲਈ ਕਿਹੜੀ ਭਾਸ਼ਾ ਪੜ੍ਹਨੀ ਜ਼ਰੂਰੀ ਹੈ? ਤੁਹਾਡੀ ਆਪਸ਼ਨ ਡੀ ਸੰਸਕ੍ਰਿਤ, ਹਿੰਦੀ, ਗੁਰਮੁਖੀ ਜਾਂ ਪੰਜਾਬੀ ਜਾਂ ਫਿਰ ਫਾਰਸੀ। ਗੁਰਮੁਖੀ ਸਰ। ਗੁਰਮੁਖੀ ਪੰਜਾਬੀ ਇਹਨਾਂ ਦਾ ਉੱਤਰ ਹੈ ਜਿਹੜਾ ਬਿਲਕੁਲ ਸਹੀ ਹੈ ਜੀ, ਤੇ ਇਹਨਾਂ ਦੇ ਖਾਤੇ ਵਿੱਚ 10 ਅੰਕ ਜੁੜ ਚੁੱਕੇ ਨੇ ਜੀ। ਤੇ ਫਿਰ ਚੱਲਦੇ ਹਾਂ ਜੀ ਈਡੀ ਟੀਮ ਵੱਲ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਪਜੀ ਸਾਹਿਬ ਕਿੰਨੇ ਤੋਂ ਕਿੰਨੇ ਅੰਗ ਤੱਕ ਦਰਜ ਹੈ? 1 ਤੋਂ 7 ਅੰਗ, 1 ਤੋਂ 8 ਅੰਗ, 1 ਤੋਂ 6 ਅੰਗ ਜਾਂ 1 ਤੋਂ 9 ਅੰਗ? 1 ਤੋਂ 8। 1 ਤੋਂ 8। ਸੋਨੰਦਪੁਰ ਸਾਹਿਬ ਤੋਂ ਆਈ ਟੀਮ ਦਾ ਜਵਾਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਪਜੀ ਸਾਹਿਬ 1 ਤੋਂ ਲੈ ਕੇ 8 ਅੰਗ ਤੱਕ ਦਰਜ ਹੈ। ਸੋ ਇਹਨਾਂ ਦਾ ਇਹ ਜਵਾਬ ਸਹੀ ਹੈ। ਇਹਨਾਂ ਨੂੰ ਜਾਂਦੇ ਨੇ ਜੀ 10 ਨੰਬਰ। ਟੀਮ ਸੱਸਾ, ਤੁਹਾਡਾ ਸਵਾਲ ਹੈ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੱਤੇ ਅਤੇ ਬਲਵੰਡ ਦੀਆਂ ਵਾਰਾਂ ਦੀ ਕਿੰਨੀ ਗਿਣਤੀ ਹੈ? ਤੁਹਾਡੀ ਆਪਸ਼ਨ ਨੇ 2, 1, 8 ਜਾਂ ਫਿਰ 6। 1। ਇਹਨਾਂ ਨੇ 1 ਵਾਰ ਉੱਤਰ ਦਿੱਤਾ ਹੈ ਤੇ ਇਹਨਾਂ ਦਾ ਜਿਹੜਾ ਇਹ ਉੱਤਰ ਹੈ ਜੀ ਉਹ ਬਿਲਕੁਲ ਸਹੀ ਹੋ ਚੁੱਕਿਆ ਹੈ ਤੇ ਤੁਹਾਡੇ ਖਾਤੇ ਵਿੱਚ 10 ਅੰਕ ਵੀ ਜੁੜ ਚੁੱਕੇ ਨੇ। ਜਦੋਂ ਜਵਾਬ ਸਹੀ ਹੋ ਜਾਂਦਾ ਕਿੰਨੇ ਰਿਲੈਕਸ ਹੋ ਜਾਂਦੇ ਬੱਚੇ, ਬਿਲਕੁਲ ਜੀ, ਤਣਾਅ ਸਾਰਾ ਖਤਮ ਹੋ ਜਾਂਦਾ ਹੈ ਨਾ। ਠੀਕ ਹੈ, ਤਾਂ ਇਸੇ ਤਰ੍ਹਾਂ ਹੀ ਇਸ ਮੁਕਾਬਲੇ ਵਿੱਚ ਬਣੇ ਰਹਿਣਾ ਸਭ ਨੇ। ਹੁਣ ਫਿਰ ਚੱਲਦੇ ਹਾਂ ਜੀ ਤੀਸਰੇ ਸਵਾਲ ਲਈ ਉੜਾ ਟੀਮ ਕੋਲ। ਸਿੱਖ ਦੀ ਰਹਿਣੀ ਕਿਸ ਅਨੁਸਾਰ ਹੋਣੀ ਚਾਹੀਦੀ ਹੈ? ਯੋਗ ਮਤ ਅਨੁਸਾਰ, ਮਨ ਮਰਜ਼ੀ ਅਨੁਸਾਰ, ਕਰਮ ਕਾਂਡ ਅਨੁਸਾਰ, ਸਖਸ਼ੀ ਅਤੇ ਪੰਥਕ ਰਹਿਣੀ ਅਨੁਸਾਰ? ਸਖਸ਼ੀ ਅਤੇ ਪੰਥਕ ਰਹਿਣੀ ਸਰ। ਬਿਲਕੁਲ ਸਹੀ ਜਵਾਬ, ਤੇ ਫਿਰ ਤੋਂ ਤੁਸੀਂ ਲੈ ਲੈਣੇ ਜੀ 10 ਨੰਬਰ। ਹੁਣ ਚੱਲਦੇ ਹਾਂ ਜੀ ਐਡਾ ਟੀਮ ਕੋਲ। ਐਡਾ ਟੀਮ, ਫੇਸ ਤੇ ਐਨਰਜੀ ਲੈ ਕੇ ਆਓ, ਇੰਨਾ ਕਿ ਮੁਰਝਾਏ ਹੋਏ ਬੈਠੇ ਹੋ। ਅੱਛਾ ਜੀ, ਤੇ ਤੁਹਾਡਾ ਸਵਾਲ ਹੈ ਜੀ, ਸਿੱਖ ਦੀ ਸਖਸ਼ੀ ਰਹਿਣੀ ਦੇ ਕਿੰਨੇ ਭਾਗ ਹਨ? ਆਪਸ਼ਨ ਨੇ ਤੁਹਾਡੇ 2, 3, 4 ਜਾਂ ਫਿਰ 1। 2। 2। ਸੋਚ ਕੇ ਦਿੱਤਾ ਹੈ ਜਵਾਬ, ਤੁੱਕਾ ਤਾਂ ਨਹੀਂ ਲਾਇਆ ਨਾ? ਤਾਂ ਫਿਰ ਇਹ ਤੁਹਾਡਾ ਜਵਾਬ ਹੈ ਜਿਹੜਾ ਜੀ ਉਹ ਬਿਲਕੁਲ ਗਲਤ ਹੋ ਚੁੱਕਿਆ ਜੀ, ਤੇ ਤੁਹਾਡੇ ਖਾਤੇ ਵਿੱਚ ਕੋਈ ਵੀ ਨੰਬਰ ਵੀ ਨਹੀਂ ਜੁੜ ਰਿਹਾ ਕਿਉਂਕਿ ਸਿੱਖ ਦੀ ਸ਼ਖਸੀ ਰਹਿਣੀ ਦੇ 3 ਭਾਗ ਹਨ। ਠੀਕ ਹੈ ਜੀ, ਸੋ ਇਹ ਜਵਾਬ ਹੁਣ ਯਾਦ ਰਹੇਗਾ ਹੈ ਨਾ, ਇੱਥੇ ਆ ਕੇ ਇਹ ਯਾਦ ਰਹੇਗਾ। ਕੋਈ ਗੱਲ ਨਹੀਂ, ਇਸ ਤਰ੍ਹਾਂ ਹੋ ਜਾਂਦਾ ਹੈ। ਤੇ ਹੁਣ ਅਸੀਂ ਫੇਰ ਚੱਲਦੇ ਹਾਂ ਜੀ ਟੀਮ ਈਡੀ ਵੱਲ। ਚੰਡੀ ਦੀ ਵਾਰ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ? ਗੁਰੂ ਗੋਬਿੰਦ ਸਿੰਘ ਜੀ। ਬਿਲਕੁਲ ਸਹੀ ਜਵਾਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਚੰਡੀ ਦੀ ਵਾਰ, ਤੇ ਇਹਦੇ ਨਾਲ ਹੀ ਇਹਨਾਂ ਨੇ ਫਿਰ ਤੋਂ ਆਪਣੇ ਖਾਤੇ ਵਿੱਚ ਜੋੜ ਲਏ ਨੇ 10 ਨੰਬਰ। ਹਾਂਜੀ ਸੱਸਾ ਟੀਮ, ਤੁਹਾਡਾ ਸਵਾਲ ਹੈ ਜੀ, ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਰਨ ਸਮੇਂ ਕਿਸ ਨੂੰ ਮਨਮਤ ਮੰਨਿਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਕੁੰਭ ਰੱਖਣਾ, ਜੋਤ ਜਗਾਉਣਾ, ਨਾਰੀਅਲ ਰੱਖਣਾ ਜਾਂ ਫਿਰ ਉਪਰੋਕਤ ਸਾਰੇ? ਉਪਰੋਕਤ ਸਾਰੇ। ਕਿਆ ਬਾਤ ਹੈ ਜੀ, ਇਹਨਾਂ ਦਾ ਜਵਾਬ ਵੀ ਸਹੀ ਹੈ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੱਤਾ ਹੈ।
ਤੇ ਇਸ ਦੇ ਨਾਲ ਹੀ ਇਹਨਾਂ ਦੇ ਖਾਤੇ ਦੇ ਵਿੱਚ ਕਿੰਨੇ ਨੰਬਰ ਜੁੜੇ ਨੇ? 10 ਤੇ ਕੁੱਲ ਮਿਲਾ ਕੇ 30। ਕਿਆ ਬਾਤ ਹੈ, ਨਾਲ ਹੀ ਜੋੜ ਵੀ ਰੱਖਿਆ ਹੋਇਆ ਹੈ ਸਾਰੇ ਨੰਬਰਾਂ ਦਾ। ਇਹ ਪੱਕੇ ਖਿਡਾਰੀ ਲੱਗਦੇ ਨੇ, ਬਿਲਕੁਲ ਜੀ, ਆਪਣੀ ਪੂਰੀ ਤਿਆਰੀ ਦੇ ਨਾਲ ਆਏ ਨੇ। ਇਹਦੇ ਨਾਲ ਹੀ ਸਾਡਾ ਜਿਹੜਾ ਇਹ ਰਾਉਂਡ ਸੀਗਾ ਗੁਰਮਤ ਸਿਧਾਂਤ ਅਤੇ ਸਿੱਖ ਰਹਿਤ ਮਰਿਆਦਾ, ਇਹ ਇੱਥੇ ਸਮਾਪਤ ਹੁੰਦਾ ਹੈ। ਹੁਣ ਵਧਦੇ ਹਾਂ ਜੀ ਅਸੀਂ ਦੂਸਰੇ ਰਾਉਂਡ ਦੇ ਵੱਲ, ਜਿਹੜਾ ਕਿ ਸੰਬੰਧਿਤ ਹੈ ਜੀ ਸਿੱਖ ਇਤਿਹਾਸ ਦੇ ਨਾਲ। ਜੀ, ਸਿੱਖ ਇਤਿਹਾਸ ਨਾਲ ਸੰਬੰਧਿਤ ਸਵਾਲ ਟੀਮ ਊੜਾ ਲਈ, ਇਹਨਾਂ ਵਿੱਚੋਂ ਸਿੱਧ ਗੋਸ਼ਟ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ? ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ? ਗੁਰੂ ਅਮਰਦਾਸ ਜੀ। ਜਵਾਬ ਗਲਤ ਹੋ ਗਿਆ। ਸਹੀ ਜਵਾਬ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਹਦੇ ਲਈ ਹੁਣ 10 ਨੰਬਰ ਇਸ ਟੀਮ ਨੂੰ ਨਹੀਂ ਮਿਲ ਰਹੇ ਤੇ ਹੁਣ ਅਸੀਂ ਚੱਲਦੇ ਹਾਂ ਟੀਮ ਐੜਾ ਵੱਲ। ਐੜਾ ਟੀਮ, ਤੁਹਾਡਾ ਸਵਾਲ ਹੈ ਜੀ, ਖਡੂਰ ਸਾਹਿਬ ਨੂੰ ਕਿਸ ਗੁਰੂ ਸਾਹਿਬ ਨੇ ਪ੍ਰਚਾਰ ਦਾ ਕੇਂਦਰ ਬਣਾਇਆ ਸੀ? ਤੁਹਾਡੇ ਆਪਸ਼ਨ ਨੇ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ, ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ? ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਨੇ। ਤੁਹਾਡਾ ਇਹ ਜਵਾਬ ਹੈ ਜਿਹੜਾ ਜੀ ਉਹ ਗਲਤ ਹੋ ਚੁੱਕਿਆ ਹੈ, ਕਿਉਂਕਿ ਇਸਦਾ ਸਹੀ ਉੱਤਰ ਹੈ ਜੀ ਉਹ ਹੈ ਗੁਰੂ ਅੰਗਦ ਦੇਵ ਜੀ ਨੇ। ਠੀਕ ਹੈ ਜੀ, ਤੇ ਤੁਹਾਡੇ ਖਾਤੇ ਦੇ ਵਿੱਚ ਵੀ ਕੋਈ ਨੰਬਰ ਨਹੀਂ ਜੁੜ ਰਿਹਾ ਤੇ ਅਸੀਂ ਚੱਲਦੇ ਹਾਂ ਟੀਮ ਈੜੀ ਵੱਲ। ਟੀਮ ਈੜੀ ਲਈ ਸਵਾਲ ਹੈ, ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕਦੋਂ ਰਿਹਾ ਹੋਏ? ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਕਦੋਂ ਰਿਹਾ ਹੋਏ? 1619 ਵਿੱਚ, 1631, 1550 ਜਾਂ 1651 ਵਿੱਚ? ਇਹਨਾਂ ਦਾ ਜਵਾਬ ਹੈ ਜਿਹੜਾ ਇਹ ਗਲਤ ਹੋ ਗਿਆ। ਸਹੀ ਜਵਾਬ ਸੀ 1619 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸਨ। ਇਹਦੀ ਟੀਮ ਪੂਰੇ ਮੈਪ ਤੋਂ ਲਾ ਰੱਖੀ ਹੈ ਨਾ ਨੰਬਰਾਂ ਦੇ। ਪੁੱਛੀ ਅਗਲੇ ਰਾਊਂਡ ਦਾ ਸਵਾਲ। ਹਾਂਜੀ ਸੱਸਾ ਟੀਮ, ਤੁਹਾਡਾ ਸਵਾਲ ਹੈ ਜੀ, ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੂਰ ਦੁਰਾਡੇ ਫੈਲਾਉਣ ਲਈ ਮੰਜੀ ਪ੍ਰਥਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ? ਤੁਹਾਡੇ ਆਪਸ਼ਨ ਨੇ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਜਾਂ ਫਿਰ ਗੁਰੂ ਅੰਗਦ ਦੇਵ ਜੀ ਨੇ? ਗੁਰੂ ਅਮਰਦਾਸ ਜੀ। ਕਿਆ ਬਾਤ ਹੈ ਜੀ, ਮਾਪ ਤੋਲੀ ਵੀ ਲਾਏ, ਤਿਆਰੀ ਵੀ ਕੀਤੀ ਹੋਈ ਹੈ ਤੇ ਤੁਹਾਡੇ ਖਾਤੇ ਦੇ ਵਿੱਚ 10 ਅੰਕ ਜੁੜ ਚੁੱਕੇ ਨੇ ਜੀ ਇਸ ਦੇ ਨਾਲ ਹੀ। ਤੇ ਹੁਣ ਇਸ ਰਾਊਂਡ ਦਾ ਜਿਹੜਾ ਦੂਸਰਾ ਸਵਾਲ ਆ ਜਾਂਦਾ ਫਿਰ ਤੋਂ ਟੀਮ ਊੜਾ ਵੱਲ। ਲਾਹੌਰ ਸ਼ਹਿਰ ਵਿੱਚ ਕਾਲ ਪੈਣ ਸਮੇਂ ਕਿਸ ਗੁਰੂ ਸਾਹਿਬਾਨ ਨੇ ਲੋਕਾਂ ਦੀ ਆਪਣੇ ਹੱਥੀ ਸੇਵਾ ਕੀਤੀ? ਆਪਸ਼ਨਸ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ? ਸ਼੍ਰੀ ਗੁਰੂ ਤੇਗ ਬਹਾਦਰ ਜੀ। ਇੱਕ ਵਾਰੀ ਫੇਰ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਤੁਸੀਂ ਗਲਤ ਜਵਾਬ ਦਿੱਤਾ। ਇਹਦਾ ਸਹੀ ਜਵਾਬ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੱਥੀ ਆਪਣੀ ਸੇਵਾ ਕੀਤੀ ਸੀਗੀ। ਠੀਕ ਹੈ,
ਹੁਣ ਫੇਰ ਚੱਲਦੇ ਆ ਜੀ ਐੜਾ ਟੀਮ ਕੋਲ। ਐੜਾ ਟੀਮ, ਅਗਲੀ ਟੀਮ ਸਾਡੀ ਤੇ ਅਗਲਾ ਸਵਾਲ ਉਹਨਾਂ ਦਾ। ਤੁਹਾਡਾ ਸਵਾਲ ਹੈ ਜੀ, ਬੰਦੀ ਛੋੜ ਨਾਮ ਕਿਸ ਗੁਰੂ ਜੀ ਨੂੰ ਦਿੱਤਾ ਗਿਆ ਹੈ? ਤੁਹਾਡੇ ਆਪਸ਼ਨ ਨੇ ਜੀ, ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਹਰਗੋਬਿੰਦ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਹੀ ਹੈ ਜਾਂ ਗਲਤ ਹੈ ਜਵਾਬ? ਇਹ ਤੁਹਾਨੂੰ ਸਹੀ ਲੱਗਦਾ? ਕਹਿੰਦੇ ਸਾਨੂੰ ਸਹੀ, ਫਿਰ ਸਾਨੂੰ ਵੀ ਸਹੀ ਲੱਗਦਾ। ਇਹ ਤੇ ਤੁਹਾਡੇ ਖਾਤੇ ਵਿੱਚ ਕਿੰਨੇ ਨੰਬਰ ਦਈਏ ਤੁਹਾਨੂੰ? ਦੱਸ ਹੀ ਦਈਏ, ਫਿਰ ਸਾਡੀ ਮਰਜ਼ੀ ਹੈ, ਪੰਜ ਨੰਬਰ ਕੱਟ ਲਈਏ। ਠੀਕ ਹੈ ਜੀ, ਨਹੀਂ ਅਸੀਂ ਕੱਟਾਂਗੇ ਨਹੀਂ, ਤੁਹਾਡੇ ਖਾਤੇ ਵਿੱਚ ਅਸੀਂ 10 ਨੰਬਰ ਜੋੜ ਰਹੇ ਹਾਂ ਜੀ। ਤੁਹਾਡਾ ਸਵਾਲ ਹੈ ਕਿ ਅੰਮ੍ਰਿਤਸਰ ਵਿਖੇ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਿਸ ਨੇ ਕਰਵਾਈ? ਗੁਰੂ ਹਰਗੋਬਿੰਦ ਜੀ ਨੇ, ਗੁਰੂ ਹਰਕ੍ਰਿਸ਼ਨ ਜੀ ਨੇ, ਗੁਰੂ ਹਰ ਰਾਏ ਜੀ ਨੇ ਜਾਂ ਉੱਪਰ ਇਹਨਾਂ ਵਿੱਚੋਂ ਕੋਈ ਵੀ ਨਹੀਂ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਜੀ ਬਿਲਕੁਲ ਸਹੀ ਜਵਾਬ ਦਿੱਤਾ, ਟੀਮ ਨੇ ਰਲ ਕੇ ਇਹ ਜਵਾਬ, ਇੱਕ ਜਵਾਬ ਪਹਿਲਾਂ ਇਹਨਾਂ ਨੇ ਦੱਸਿਆ ਆਪਣੇ ਸਪੀਕਰ ਨੂੰ ਤੇ ਫਿਰ ਇਹ ਜਵਾਬ ਦਿੱਤਾ ਗਿਆ, ਤੇ ਫਿਰ ਜਿਹੜਾ ਟੀਮ ਵੱਲੋਂ ਜੋ ਜਵਾਬ ਆਇਆ ਉਹ ਬਿਲਕੁਲ ਸਹੀ ਹੈ। ਇਹਨਾਂ ਨੇ ਬੁਲਾਰਾ ਹੈ ਜਿਹੜਾ ਉਹ ਇੱਕ ਰੱਖਿਆ ਹੋਇਆ ਮੈਮ ਜੀ, ਚਾਰ ਤਿੰਨੋਂ ਕਰਦੇ ਨੇ ਤੇ ਬੁਲਾਰਾ ਇੱਕ ਹੈ, ਬੁਲਾਰਾ ਇੱਕ ਹੈ ਤੇ ਇੱਕੇ ਨਾਲ ਜਵਾਬ ਦਿੰਦੇ ਤੇ ਜਵਾਬ ਬਿਲਕੁਲ ਸਹੀ, 10 ਨੰਬਰ ਇਹਨਾਂ ਦੇ ਖਾਤੇ ਵਿੱਚ ਚੜਦੇ ਨੇ। ਹਾਂਜੀ ਸੱਸਾ ਟੀਮ, ਤੁਹਾਡਾ ਸਵਾਲ ਹੈ ਜੀ, ਪੰਜ ਤਖਤਾਂ ਵਿੱਚ ਸਭ ਤੋਂ ਪੁਰਾਤਨ ਤਖਤ ਕਿਹੜਾ ਹੈ? ਤੁਹਾਡੇ ਆਪਸ਼ਨ ਨੇ ਤਖਤ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਪਟਨਾ ਸਾਹਿਬ ਜਾਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ? ਤੁਹਾਡਾ ਸਮਾਂ ਲੰਘ ਰਿਹਾ ਜੀ। ਤਖਤ ਸ਼੍ਰੀ ਅਕਾਲ ਤਖਤ ਸਾਹਿਬ। ਕੀ ਬਾਤ ਹੈ ਜੀ, ਇਸ ਟੀਮ ਦੀ ਚੜ੍ਹਦੀ ਕਲਾ ਬੜੀ ਹੈ ਜੀ, ਬੜੇ ਜੋਸ਼ ਦੇ ਨਾਲ ਜਵਾਬ ਦਿੰਦੇ ਆ ਤੇ ਜਵਾਬ ਵੀ ਜਵਾਬ ਸਹੀ ਦਿੰਦੇ ਆ, ਆਵਾਜ਼ ਵਿੱਚ ਚੜ੍ਹਦੀ ਕਲਾ ਨਾ। ਬਿਲਕੁਲ ਜੀ, ਸਾਰੀਆਂ ਹੀ ਟੀਮਾਂ ਨੇ ਜਿਹੜੀਆਂ ਇੱਥੋਂ ਤੱਕ ਪਹੁੰਚੀਆਂ ਨੇ ਉਹਨਾਂ ਦੀ ਬੜੀ ਮਿਹਨਤ ਹੈ ਤੇ ਇਹ ਮਿਹਨਤ ਇੱਥੇ ਦਿਖਾ ਰਹੇ ਨੇ ਤੇ ਤੁਹਾਡਾ ਇਹ ਜਿਹੜਾ ਉੱਤਰ ਹੈ ਉਹ ਬਿਲਕੁਲ ਸਹੀ ਹੈ ਜੀ ਤੇ ਤੁਹਾਡੇ ਖਾਤੇ ਵਿੱਚ 10 ਨੰਬਰ ਜੁੜ ਚੁੱਕੇ ਨੇ। ਤੇ ਹੁਣ ਫੇਰ ਤੀਸਰੇ ਸਵਾਲ ਲਈ ਪਹੁੰਚਦੇ ਆ ਅਸੀਂ ਊੜਾ ਟੀਮ ਕੋਲ। ਇਹਨਾਂ ਵਿੱਚੋਂ ਕਿਹੜੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਗਈ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਜਵਾਬ ਆਇਆ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਪਰ ਇਹ ਜਵਾਬ ਗਲਤ ਹੈ, ਸਹੀ ਜਵਾਬ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ। ਠੀਕ ਹੈ, ਕੋਈ ਗੱਲ ਨਹੀਂ, ਜੇ ਕੋਈ ਜਵਾਬ ਗਲਤ ਹੋ ਜਾਂਦਾ ਹੈ ਤੇ ਅਸੀਂ ਜੇ ਨਹੀਂ ਮਾਰਕਸ ਲੈ ਰਹੇ, ਨਹੀਂ ਜਿੱਤ ਰਹੇ, ਪਰ ਅਸੀਂ ਸਿੱਖ ਰਹੇ ਹਾਂ, ਹੈ ਨਾ? ਤਾਂ ਵੱਡੀ ਗੱਲ ਇਹ ਹੈ ਤੁਸੀਂ ਇੱਥੋਂ ਗਿਆਨ ਲੈ ਕੇ ਜਾ ਰਹੇ ਹੋ। ਹਾਂਜੀ ਹੁਣ ਫਿਰ ਇਸ ਮੁਕਾਬਲੇ ਦੇ ਵਿੱਚ ਤੀਸਰਾ ਸਵਾਲ ਜਾ ਰਿਹਾ ਹੈ ਐੜਾ ਟੀਮ ਨੂੰ। ਪੁੱਛਾਂ ਜੀ ਸਵਾਲ? ਪੁੱਛ ਲਈਏ ਜੀ, ਅਸੀਂ ਪੁੱਛ ਹੀ ਲੈਂਦੇ ਹਾਂ ਜੀ। ਫਿਰ ਤੁਹਾਡਾ ਸਵਾਲ ਹੈ ਜੀ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਦਫ਼ਤਰੀ ਮੋਹਰ ਸਭ ਤੋਂ ਪਹਿਲਾਂ ਕਿਸਨੇ ਜਾਰੀ ਕੀਤੀ? ਤੁਹਾਡੇ ਆਪਸ਼ਨ ਨੇ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਮਹਾਰਾਜਾ ਰਣਜੀਤ ਸਿੰਘ ਜੀ ਜਾਂ ਫਿਰ ਭਾਈ ਮਨੀ ਸਿੰਘ ਜੀ? ਮਹਾਰਾਜਾ ਰਣਜੀਤ ਸਿੰਘ ਨੇ। ਜੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਾਂ ਕਿ ਇਹ ਦੱਸ ਸਕਦੇ ਹੋ ਪਹਿਲਾ ਸਿੱਖ ਰਾਜ ਕਿਸਨੇ ਕਾਇਮ ਕੀਤਾ ਸੀ?
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਮੈਨੂੰ ਲੱਗਦਾ ਤੁਹਾਨੂੰ ਸਮਝ ਲੱਗ ਗਿਆ ਹੁਣੇ ਵੀ ਇਹ ਗਲਤ ਹੋ ਚੁੱਕਿਆ ਹੈ। ਪਹਿਲੇ ਸਿੱਖ ਰਾਜ ਦੇ ਉਸ ਰਹੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਦਫ਼ਤਰੀ ਮੋਹਰ ਜਾਰੀ ਕੀਤੀ ਗਈ ਸੀ। ਠੀਕ ਹੈ ਜੀ, ਤੁਹਾਡੇ ਖਾਤੇ ਵਿੱਚ ਕੋਈ ਨੰਬਰ ਨਹੀਂ ਜੁੜ ਰਿਹਾ। ਤੇ ਹੁਣ ਅਸੀਂ ਚੱਲਦੇ ਹਾਂ ਈ ਟੀਮ ਵੱਲ ਜੀ। ਤਖ਼ਤ ਸ੍ਰੀ ਹਜ਼ੂਰ ਸਾਹਿਬ ਕਿਹੜੀ ਨਦੀ ਦੇ ਕੰਢੇ ਤੇ ਵਸਿਆ ਹੈ? ਕ੍ਰਿਸ਼ਨਾ, ਕਾਵੇਰੀ, ਗੋਦਾਵਰੀ, ਮਹਾਨਦੀ? ਗੋਦਾਵਰੀ ਨਦੀ ਦੇ। ਬਿਲਕੁਲ, ਆਪਸ਼ਨਸ ਖਤਮ ਹੋਣ ਦੀ ਮਸੇ ਉਡੀਕ ਕੀਤੀ ਇਹਨਾਂ ਨੇ ਤੇ ਇਹਨਾਂ ਨੂੰ ਜਵਾਬ ਪਹਿਲਾਂ ਹੀ ਆਉਂਦਾ ਸੀ, ਮਤਲਬ ਜਵਾਬ ਸਹੀ ਸੀ ਤੇ 10 ਨੰਬਰ ਇਹਨਾਂ ਦੇ ਖਾਤੇ ਵਿੱਚ। ਅਗਲੀ ਟੀਮ ਤੇ ਤੁਹਾਡਾ ਇਸ ਰਾਊਂਡ ਦਾ ਆਖਰੀ ਸਵਾਲ। 1746 ਜੂਨ ਦਾ ਘੱਲੂਘਾਰਾ ਜਿਸ ਵਿੱਚ ਲਾਹੌਰ ਦੇ ਦੀਵਾਨ ਲਖਪਤ ਰਾਏ ਵਿਰੁੱਧ ਲੜਦਿਆਂ ਹਜ਼ਾਰਾਂ ਸਿੱਖ ਸ਼ਹੀਦੀ ਪਾ ਗਏ ਸੀ ਨੂੰ ਕੀ ਕਹਿੰਦੇ ਨੇ? ਤੁਹਾਡੇ ਆਪਸ਼ਨ ਨੇ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਬੰਦੂਕਾਂ ਦੀ ਲੜਾਈ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਛੋਟਾ ਘੱਲੂਘਾਰਾ। ਛੋਟਾ ਘੱਲੂਘਾਰਾ ਇੱਕ ਨੇ ਜਵਾਬ ਦਿੱਤਾ, ਦੂਜੇ ਤੋਂ ਪੁੱਛਿਆ ਗਿਆ, ਉਹ ਕਹਿੰਦਾ ਮੈਨੂੰ ਆਉਂਦਾ ਨਹੀਂ। ਤੇ ਜਵਾਬ ਕੀ ਹੋਇਆ ਇਹ ਸਹੀ ਜਾਂ ਗਲਤ? ਆਪਣੇ ਵੱਲੋਂ ਤਾਂ ਸੋਚ ਕੇ ਦਿੱਤਾ ਜੀ। ਜੀ ਬਾਕੀ ਤੇ ਸੋਚਿਆ ਹੋਇਆ ਤੁਹਾਡਾ ਬਿਲਕੁਲ ਸਹੀ ਹੈ ਜੀ। ਤੁਹਾਡਾ ਇਹ ਜਵਾਬ ਬਿਲਕੁਲ ਦਰੁਸਤ ਹੋ ਚੁੱਕਿਆ ਹੈ। ਤੁਹਾਡੇ ਖਾਤੇ ਵਿੱਚ 10 ਅੰਕ ਵੀ ਤੜਕਦੇ ਫੜਕਦੇ ਸ਼ਾਮਿਲ ਹੋ ਗਏ ਨੇ। ਠੀਕ ਹੈ ਜੀ, ਤੇ ਇਹਦੇ ਨਾਲ ਹੀ ਜਿਹੜਾ ਇਹ ਰਾਊਂਡ ਚੱਲ ਰਿਹਾ ਸੀ ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਇੱਥੇ ਸਮਾਪਤ ਹੁੰਦਾ ਹੈ ਜੀ। ਗਿਆਨ ਪ੍ਰਚਾਰ ਮੁਕਾਬਲੇ ਜਿਨ੍ਹਾਂ ਦੇ 2 ਰਾਊਂਡਸ ਦੀ ਇਹਨਾਂ ਮੁਕਾਬਲਿਆਂ ਦਰਮਿਆਨ ਅੱਜ ਸਮਾਪਤੀ ਹੋ ਚੁੱਕੀ ਹੈ। ਮੈਂ ਸਾਰੀਆਂ ਟੀਮਸ ਤੋਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਪਤਾ ਵੀ ਜਿਹੜੇ ਅਸੀਂ ਇਹ ਮੁਕਾਬਲੇ ਕਰਵਾ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਇਹ ਮੁਕਾਬਲੇ ਕਰਵਾ ਰਿਹਾ ਹੈ, ਇਹਦਾ ਮਕਸਦ ਕੀ ਹੈ? ਦੱਸ ਸਕਦਾ ਹੈ ਕੋਈ ਵੀ ਕਿਸੇ ਵੀ ਟੀਮ ਦੇ ਵਿੱਚੋਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਵੇਂ ਆਪ ਜੀ ਨੇ ਸਵਾਲ ਪੁੱਛਿਆ ਕਿ ਜਿਹੜੀ ਸਾਡੀ ਇਹ ਡਾਇਰੈਕਟੋਰੇਟ ਸਾਡਾ ਜਿਹੜੇ ਇਹ ਮੁਕਾਬਲੇ ਕਰਵਾ ਰਹੀ ਹੈ ਇਸਦਾ ਉਦੇਸ਼ ਕੀ ਹੈ, ਸੋ ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਜ਼ਿਕਰ ਦੱਸ ਦੇਵਾਂ। ਜਿਵੇਂ ਕਿ ਅਸੀਂ ਨਵੀਂ ਪੀੜ੍ਹੀ ਹਾਂ, ਸਾਡਾ ਇਤਿਹਾਸ ਜਿਹੜਾ ਹੈ ਬਹੁਤ ਅਮੀਰ ਆ, ਅਤੇ ਸਾਨੂੰ ਉਸ ਇਤਿਹਾਸ ਨਾਲ ਜੋੜੇ ਰੱਖਣ ਵਾਸਤੇ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਮਹੱਤਵਪੂਰਨ ਕਦਮ ਆ, ਅਤੇ ਅਸੀਂ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਜਿਵੇਂ ਤੁਸੀਂ ਬਹੁਤ ਖੂਬਸੂਰਤ ਜਵਾਬ ਦਿੱਤਾ ਬੇਟਾ, ਤੁਸੀਂ ਬਹੁਤ ਸੋਹਣਾ ਬੋਲਦੇ ਹੋ ਅਤੇ ਤੁਸੀਂ ਜਵਾਬ ਵੀ ਬਹੁਤ ਅੱਛੇ ਦੇ ਰਹੇ ਹੋ। ਵਾਹਿਗੁਰੂ ਦੀ ਤੁਹਾਡੇ 'ਤੇ ਬਖਸ਼ਿਸ਼ ਹੈ, ਤੁਹਾਡੇ ਪ੍ਰਿੰਸੀਪਲ ਸਾਹਿਬ, ਅਧਿਆਪਕ ਸਾਹਿਬਾਨ ਸਭ ਨੂੰ ਮੁਬਾਰਕਬਾਦ ਕਿ ਤੁਹਾਨੂੰ ਇੱਥੇ ਤਰਾਸ਼ ਕੇ ਭੇਜਿਆ ਜੀ। ਹੁਣ ਅਗਲੇ ਜਿਵੇਂ ਰਾਊਂਡ ਦੀ ਗੱਲ ਕੀਤੀ ਸੀ ਰਜਿੰਦਰ ਸਿੰਘ ਜੀ ਨੇ ਕਿਹਾ ਚਲੰਤ ਮੁੱਦੇ, ਤੇ ਮੈਂ ਪੁੱਛਣਾ ਚਾਹੂੰਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਦੇ ਵਿਦਿਆਰਥੀਆਂ ਨੂੰ ਕਿ ਇਹ ਚਲੰਤ ਮੁੱਦਿਆਂ ਦੀ ਜਦੋਂ ਤੁਸੀਂ ਤਿਆਰੀ ਕੀਤੀ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਵਿਸ਼ਾ ਇਹਦੇ 'ਚ ਪਾਇਆ ਗਿਆ ਇਹ ਤੁਹਾਡੇ ਲਈ ਕਿਵੇਂ ਮਦਦਗਾਰ ਸਾਬਿਤ ਹੋਇਆ ਜਿਹੜੀ ਤੁਸੀਂ ਇਹਦੀ ਤਿਆਰੀ ਕੀਤੀ? ਕੁਝ ਭਵਿੱਖ ਨੂੰ ਲੈ ਕੇ ਤੁਸੀਂ ਕੁਝ ਸੋਚਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦੀ ਨਵੀਂ ਪੀੜ੍ਹੀ ਇਹ ਸੋਚ ਰਹੀ ਹੈ ਕਿ UPSC ਅਤੇ PCS ਦੇ ਐਗਜ਼ਾਮਸ ਕਲੀਅਰ ਕਰਨੇ ਨੇ, ਅਤੇ ਉਹਨਾਂ ਲਈ ਇਹ ਕਰੰਟ ਅਫੇਅਰਸ ਚਲੰਤ ਮੁੱਦੇ ਬਹੁਤ ਮਤਲਬ ਮਾਇਨੇ ਰੱਖਦੇ ਨੇ ਜੀ। ਅਤੇ ਖਬਰਾਂ ਹੋਣੀਆਂ ਵੀ ਮਤਲਬ ਜਾਣੂ ਹੋਣ ਖਬਰਾਂ ਤੋਂ ਜੋ ਅੱਜ ਕੱਲ੍ਹ ਕਰੰਟਲੀ ਚੱਲ ਰਿਹਾ ਵਰਤਮਾਨ ਸਮੇਂ ਵਿੱਚ ਕੀ ਹੈ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ। ਬਿਲਕੁਲ,
ਤਾਂ ਬਿਲਕੁਲ ਸਹੀ ਜੀ, ਇਹਨਾਂ ਨੂੰ ਪਤਾ ਹੈ ਵੀ ਅਸਲ ਦੇ ਵਿੱਚ ਮਕਸਦ ਕੀ ਹੈ। ਅਸਲ ਦੇ ਵਿੱਚ ਡਾਇਰੈਕਟੋਰੇਟ ਆਫ ਐਜੂਕੇਸ਼ਨ ਦਾ ਮਕਸਦ ਹੈ ਵੀ ਸਿੱਖੀ ਸੋਚ ਹੈ ਜਿਹੜੀ ਉਹ ਹਰ ਉਸ ਅਹੁਦੇ 'ਤੇ ਪਹੁੰਚੇ, ਉੱਚੇ ਅਹੁਦੇ 'ਤੇ ਪਹੁੰਚੇ ਅਤੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ। ਅਤੇ ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ। ਤੁਹਾਨੂੰ ਇੱਕ ਹੋਰ ਗੱਲ ਦੱਸੀਏ ਕਿ ਇਸ ਦੇ ਲਈ UPSC IPSC ਤਿਆਰੀ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਮੁਫ਼ਤ ਦੇ ਵਿੱਚ ਇਹਨਾਂ ਸਿਵਲ ਸਰਵਿਸ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ। ਅਤੇ ਮੁਫ਼ਤ ਦੇ ਵਿੱਚ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬੱਚੇ ਸਾਡੇ ਲਾਇਕ ਨੇ ਪਰ ਕਈ ਬੱਚਿਆਂ ਦੇ ਘਰਾਂ 'ਚ ਰਿਸੋਰਸਿਸ ਨਹੀਂ ਹੁੰਦੇ ਉਹਨਾਂ ਨੂੰ ਪੜ੍ਹਾਉਣ ਦੇ, ਉਹਨਾਂ ਨੂੰ ਉੱਚ ਅਹੁਦਿਆਂ ਤੱਕ ਦੀ ਪੜ੍ਹਾਈ ਲਈ ਖਰਚਾ ਕਰਨ ਦੇ, ਤਾਂ ਸਾਡੀ ਸੰਸਥਾ ਹੈ ਜਿਹੜੀ ਬੱਚਿਆਂ ਦੇ ਨਾਲ ਖੜੀ ਹੈ। ਉਹਨਾਂ ਬੱਚਿਆਂ ਦੀ ਸਿੱਖੀ ਸੋਚ ਹੈ ਅਤੇ ਇਸ ਚੀਜ਼ ਨੂੰ ਅਸੀਂ ਵੀ ਸਜਦਾ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਹਾਂ। ਉਹਨਾਂ ਦੀ ਬਕਾਇਦਾ ਇੱਕ ਟੈਸਟ ਹੁੰਦਾ ਅਤੇ ਜਿਹੜੇ ਲਾਇਕ ਬੱਚੇ ਨੇ ਉਹਨਾਂ ਨੂੰ ਚੁਣ ਕੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਵੀ ਅਸੀਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਉੱਚੇ ਅਹੁਦਿਆਂ 'ਤੇ ਦੇਖੀਏ ਅਤੇ ਇੱਕ ਤੋਂ ਤੁਸੀਂ ਵੀ ਮਾਣ ਮਹਿਸੂਸ ਕਰੋ ਕਿ ਤੁਸੀਂ ਅਜਿਹੀ ਸੰਸਥਾ ਨਾਲ ਜੁੜੇ ਹੋ ਜਿਹੜੀ ਕਿ ਸਾਡੇ ਨਾਲ ਖੜੀ ਹੈ, ਸਾਡੇ ਬਾਰੇ ਸੋਚ ਰਹੀ ਹੈ। ਜੀ, ਮੇਰੀ ਮੈਮ, ਆਪਾਂ ਨੂੰ ਹੁਣ ਅਗਲੇ ਰਾਊਂਡ ਦੇ ਵੱਲ ਵਧਣਾ ਚਾਹੀਦਾ ਹੈ ਜਿਹੜਾ ਇਹ ਚਲੰਤ ਮਸਲਿਆਂ ਦੇ ਨਾਲ ਸੰਬੰਧਿਤ। ਤੇ ਚਲੰਤ ਮਸਲਿਆਂ ਨਾਲ ਸੰਬੰਧਿਤ ਤੀਸਰਾ ਜਿਹੜਾ ਰਾਊਂਡ ਹੈ ਉਹਦੇ ਲਈ ਅਸੀਂ ਚੱਲਦੇ ਹਾਂ ਪਹਿਲੇ ਟੀਮ ਕੋਲ, ਜਿਹੜੀ ਕਿ ਆਈ ਹੈ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਡੁਮੇਲੀ ਤੋਂ। ਤੁਹਾਡੇ ਲਈ ਸਵਾਲ ਹੈ, ਕਿਸ ਰਾਜ ਨੇ 2023 ਵਿੱਚ ਉਮੀਦ ਪਹਿਲ ਦੇ ਮਿਸ਼ਨ ਅਧੀਨ ਰਾਜ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ? ਸਵਾਲ ਮੈਂ ਰਿਪੀਟ ਕਰਦੀ ਹਾਂ ਤੁਹਾਡੇ ਲਈ, ਕਿਸ ਰਾਜ ਨੇ 2023 ਵਿੱਚ ਉਮੀਦ ਪਹਿਲ ਮਿਸ਼ਨ ਦੇ ਅਧੀਨ ਰਾਜ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ? ਅਤੇ ਆਪਸ਼ਨਸ ਨੇ ਬਿਹਾਰ, ਪੰਜਾਬ, ਹਰਿਆਣਾ, ਕਰਨਾਟਕਾ। ਪੰਜਾਬ। ਬਿਲਕੁਲ ਸਹੀ ਜਵਾਬ। ਤੇ ਉੜਾ ਟੀਮ ਨੇ ਇਸ ਵਾਰ ਇਸ ਰਾਊਂਡ ਦੇ ਵਿੱਚ ਆਪਣਾ ਖਾਤਾ ਖੋਲ ਲਿਆ ਹੈ ਤੇ 10 ਨੰਬਰ ਇਹਨਾਂ ਦੇ ਬੈਂਕ ਵਿੱਚ ਜੁੜਦੇ ਨੇ। ਆੜਾ ਟੀਮ, ਚਲੰਤ ਮਸਲੇ, ਤੁਹਾਡਾ ਪਹਿਲਾ ਸਵਾਲ, 17 ਸਤੰਬਰ 2023 ਨੂੰ ਯੂਨੈਸਕੋ ਨੇ ਕਿਹੜੇ ਭਾਰਤੀ ਸਥਾਨ ਨੂੰ ਵਰਲਡ ਹੈਰੀਟੇਜ ਵਿੱਚ ਸ਼ਾਮਿਲ ਕੀਤਾ ਹੈ? ਤੁਹਾਡੇ ਆਪਸ਼ਨ ਨੇ ਰਾਣੀ ਕੀ ਬਾਗ, ਵਿਕਟੋਰੀਆ ਮੈਮੋਰੀਅਲ, ਜ਼ਲ੍ਹਿਆਂਵਾਲਾ ਬਾਗ ਜਾਂ ਫਿਰ ਸ਼ਾਂਤੀ ਨਿਕੇਤਨ। ਜ਼ਲ੍ਹਿਆਂਵਾਲਾ ਬਾਗ। ਅਤੇ ਉਹ ਜ਼ਲ੍ਹਿਆਂਵਾਲਾ ਬਾਗ ਹੀ ਰਹਿ ਗਿਆ, ਕਿਉਂਕਿ ਤੁਹਾਡਾ ਜਵਾਬ ਹੈ ਜਿਹੜਾ ਉਹ ਬਿਲਕੁਲ ਗਲਤ ਹੋ ਚੁੱਕਿਆ ਜੀ। ਇਸ ਦਾ ਸਹੀ ਉੱਤਰ ਹੈ ਜੀ ਸ਼ਾਂਤੀ ਨਿਕੇਤਨ। ਜੀ, ਇੱਕ ਨਵੀਂ ਗੱਲ ਪਤਾ ਲੱਗੀ, ਠੀਕ ਹੈ। ਹਾਂਜੀ, ਹੁਣ ਅਸੀਂ ਚੱਲਦੇ ਹਾਂ ਟੀਮ ਈੜੀ ਵਾਲੀ। ਤੁਹਾਡਾ ਸਵਾਲ ਹੈ, ਉੱਤਰ ਪੂਰਬੀ ਭਾਰਤੀ ਉਤਸਵ 19 ਅਕਤੂਬਰ 2023 ਨੂੰ ਹੋਚੀਮਿਨ ਸ਼ਹਿਰ ਵਿੱਚ ਮਨਾਇਆ ਗਿਆ, ਇਹ ਸ਼ਹਿਰ ਕਿਸ ਦੇਸ਼ ਵਿੱਚ ਇਹ ਸਥਿਤ ਹੈ? ਠੀਕ ਹੈ ਜੀ, ਕਿਹੜਾ ਸ਼ਹਿਰ? ਹੋਚੀਮਿਨ। ਸ਼੍ਰੀਲੰਕਾ, ਵੀਅਤਨਾਮ, ਭੂਟਾਨ, ਤਾਈਵਾਨ। ਉੱਤਰ ਪੂਰਬੀ ਭਾਰਤੀ ਉਤਸਵ 19 ਅਕਤੂਬਰ 2023 ਨੂੰ ਹੋਚੀਮਿਨ ਸ਼ਹਿਰ ਵਿੱਚ ਮਨਾਇਆ ਗਿਆ, ਇਹ ਸ਼ਹਿਰ ਕਿਸ ਦੇਸ਼ ਵਿੱਚ ਸਥਿਤ ਹੈ? ਸ਼੍ਰੀਲੰਕਾ, ਵੀਅਤਨਾਮ, ਭੂਟਾਨ, ਤਾਈਵਾਨ। ਨੋ ਆਈਡੀਆ। ਤਾਈਵਾਨ। ਤਾਈਵਾਨ
ਤਾਂ ਤਾਈਵਾਨ ਤੁਸੀਂ ਬੋਲਿਆ ਇਹ ਜਵਾਬ ਗਲਤ ਹੋ ਗਿਆ। ਸਹੀ ਜਵਾਬ ਸੀ ਵੀਅਤਨਾਮ ਦੇ ਵਿੱਚ। ਠੀਕ ਹੈ, ਉਦਾਸ ਨਹੀਂ ਹੋਣਾ, ਚੜ੍ਹਦੀ ਕਲਾ 'ਚ ਰਹਿਣਾ, ਹਜੇ ਹੋਰ ਰਾਊਂਡਸ ਬਹੁਤ ਪਏ ਨੇ। ਠੀਕ ਹੈ, ਹਾਂਜੀ, ਹੁਣ ਫਿਰ ਅਸੀਂ ਚੱਲਦੇ ਹਾਂ ਜੀ ਸੱਸਾ ਟੀਮ ਵੱਲ। ਸੱਸਾ ਟੀਮ ਦਾ ਸਵਾਲ, ਭਾਰਤ ਦਾ ਪਹਿਲਾ ਚੱਲਦਾ ਫਿਰਦਾ ਹਸਪਤਾਲ ਕਿਸ ਸ਼ਹਿਰ ਵਿੱਚ ਸ਼ੁਰੂ ਕੀਤਾ ਗਿਆ? ਤੁਹਾਡੇ ਆਪਸ਼ਨ ਨੇ ਗੁਰੂਗ੍ਰਾਮ, ਬੰਗਲੌਰ, ਇੰਦੌਰ ਜਾਂ ਫਿਰ ਚੇਨਈ। ਬੰਗਲੌਰ। ਬੜੀ ਸੋਚ ਵਿਚਾਰ ਤੋਂ ਬਾਅਦ ਜਵਾਬ ਦਿੱਤਾ ਸੀ ਤੁਸੀਂ, ਤੇ ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਜੀ। ਤੁਹਾਡੇ ਖਾਤੇ ਵਿੱਚ 10 ਅੰਕ ਜੁੜ ਚੁੱਕੇ ਨੇ। ਠੀਕ ਹੈ ਜੀ, ਹੁਣ ਫਿਰ ਚੱਲਦੇ ਹਾਂ ਉੜਾ ਟੀਮ ਕੋਲ ਚਲੰਤ ਮਸਲਿਆਂ ਦੇ ਅਧੀਨ ਦੂਸਰਾ ਸਵਾਲ ਲੈ ਕੇ। ਹਾਲ ਹੀ ਵਿੱਚ ਕਿਸ ਬੈਂਕ ਨੇ ਬੈਸਟ ਟੈਕਨੋਲੋਜੀ ਆਫ ਬੈਂਕ ਦਾ ਈਅਰ ਅਵਾਰਡ ਜਿੱਤਿਆ ਹੈ? ਸਟੇਟ ਬੈਂਕ ਆਫ ਇੰਡੀਆ, ਸਾਊਥ ਇੰਡੀਅਨ ਬੈਂਕ, HDFC ਬੈਂਕ, ਪੰਜਾਬ ਨੈਸ਼ਨਲ ਬੈਂਕ? ਬੈਸਟ ਟੈਕਨੋਲੋਜੀ ਬੈਂਕ ਆਫ ਦਾ ਈਅਰ ਟਾਈਮ? ਪੰਜਾਬ ਨੈਸ਼ਨਲ ਬੈਂਕ। ਪੰਜਾਬ ਨੈਸ਼ਨਲ ਬੈਂਕ, ਹਾਂਜੀ। ਤਿੰਨੋਂ ਜਾਣੇ ਸੈਟਿਸਫਾਈਡ ਹੋ ਇਸ ਜਵਾਬ ਤੋਂ? ਹਾਂਜੀ। ਠੀਕ ਹੈ ਜੀ, ਪਰ ਜਵਾਬ ਗਲਤ ਹੋ ਗਿਆ। ਸਹੀ ਜਵਾਬ ਹੈ ਸਟੇਟ ਬੈਂਕ ਆਫ ਇੰਡੀਆ। ਇਸ ਨੂੰ ਦ ਬੈਸਟ ਟੈਕਨੋਲੋਜੀ ਬੈਂਕ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਆ ਗਿਆ ਹੈ। ਹੁਣ ਅਸੀਂ ਫਿਰ ਚੱਲਦੇ ਹਾਂ ਜੀ ਐੜਾ ਟੀਮ ਕੋਲ। ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ, ਇਹੀ ਟੀਮ ਹੈ ਨਾ ਜੀ ਤੁਹਾਡੀ? ਅਤੇ ਤੁਹਾਡਾ ਸਵਾਲ ਹੈ ਜੀ ਫਿਰ, ਭਾਰਤੀ ਰੇਲਵੇ ਨੇ ਯਾਤਰੀਆਂ ਲਈ ਖਾਣਾ ਮੰਗਵਾਉਣ ਲਈ ਵਟਸਐਪ ਦੀ ਸ਼ੁਰੂਆਤ ਕੀਤੀ ਹੈ, ਉਸਦਾ ਨਾਮ ਕੀ ਹੈ? ਆਪਸ਼ਨ ਨੇ ਤੁਹਾਡੇ ਯੂਪ, ਦੂਸਰਾ ਆਪਸ਼ਨ ਹੈ ਤੁਹਾਡਾ ਹੁੱਕ, ਤੀਸਰਾ ਆਪਸ਼ਨ ਹੈ ਤੁਹਾਡਾ ਫੂਡ, ਚੌਥਾ ਆਪਸ਼ਨ ਹੈ ਜੀ ਤੁਹਾਡਾ ਮੀਲ। ਮੀਲ ਸਰ। ਮੀਲ, ਅਸੀਂ ਬੜੇ ਸੋਚਣ ਤੋਂ ਬਾਅਦ ਇਹ ਜਵਾਬ ਦਿੱਤਾ ਸੀ ਪਰ ਜਵਾਬ ਸਹੀ ਨਹੀਂ ਹੈ, ਅਤੇ ਤੁਹਾਡੇ ਖਾਤੇ ਵਿੱਚ ਕੋਈ ਵੀ ਨੰਬਰ ਨਹੀਂ ਜੁੜ ਰਿਹਾ ਜੀ। ਠੀਕ ਹੈ ਜੀ, ਤੁਹਾਡਾ ਸਹੀ ਜਵਾਬ ਹੈ ਯੂ। ਠੀਕ ਹੈ ਜੀ, ਬੱਚਿਆਂ ਦੇ ਵਿੱਚ ਜਿਗਿਆਸਾ ਹੈ ਕਿ ਸਹੀ ਵੀ ਦੱਸ ਦਿਓ ਜੀ, ਸਾਨੂੰ ਪਤਾ ਹੋਵੇ ਕਿ ਸਹੀ ਜਵਾਬ ਕਿਹੜਾ ਹੈ, ਤਾਂ ਇਹੀ ਕੁਛ ਅਸੀਂ ਇੱਥੋਂ ਸਿੱਖ ਕੇ ਜਾਣਾ ਜੀ। ਹੁਣ ਅਸੀਂ ਚੱਲਦੇ ਹਾਂ ਫਿਰ ਤੋਂ ਐੜਾ ਟੀਮ ਤੋਂ ਬਾਅਦ ਈਡੀ ਟੀਮ ਕੋਲ। ਭਾਰਤ ਵਿੱਚ ਪਹਿਲੀ ਵਾਰ 2023 ਵਿੱਚ ਪਾਣੀ ਦੀ ਸਰੋਤਾਂ ਦੀ ਗਿਣਤੀ ਕੀਤੀ ਗਈ, ਕਿਸ ਰਾਜ ਅੰਦਰ ਸਭ ਤੋਂ ਵੱਧ ਸੋਮੇ ਪਾਏ ਗਏ ਹਨ? ਪੰਜਾਬ, ਗੋਆ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ? ਗੋਆ। ਤਾਂ ਬੜੀ ਤੇਜ਼ੀ ਦੇ ਨਾਲ ਜਵਾਬ ਆ ਗਿਆ ਗੋਆ, ਤੇ ਜਿਹੜੀ ਕਾਲੀ ਹੈ ਨਾ ਉਹ ਕਈ ਵਾਰੀ ਕੰਮ ਖਰਾਬ ਕਰ ਦਿੰਦੀ ਹੈ, ਤੇ ਇੱਧਰੋਂ ਪੁੱਛ ਲੈਣਾ ਚਾਹੀਦਾ ਇਹਨਾਂ ਨੂੰ, ਨੰਬਰ ਭਾਵੇਂ ਨਹੀਂ ਮਿਲਣਗੇ। ਵੈਸਟ ਬੰਗਾਲ, ਤੁਸੀਂ ਥੋੜ੍ਹੀ ਜਿਹੀ ਦੇਰੀ ਕਰਤੀ ਦੱਸਣ 'ਚ ਜਾਂ ਉਹਨਾਂ ਨੇ ਮੈਨੂੰ ਦੱਸਣ 'ਚ ਜਲਦੀ ਕਰ ਦਿੱਤੀ, ਤਾਂ ਇਸ ਕਰਕੇ ਜਵਾਬ ਗਲਤ ਹੋ ਗਿਆ। ਇਹਨਾਂ ਵੱਲੋਂ ਕਿਹਾ ਗਿਆ ਗੋਆ, ਤੇ ਸਹੀ ਜਵਾਬ ਸੀ ਪੱਛਮੀ ਬੰਗਾਲ। ਤੇ ਇਸ ਲਈ 10 ਨੰਬਰ ਇਸ ਪ੍ਰਸ਼ਨ ਲਈ ਇਸ ਟੀਮ ਨੇ ਗਵਾ ਲਏ ਜੀ। ਤੇ ਅਗਲੀ ਟੀਮ ਸੱਸਾ ਟੀਮ ਸਾਡੀ, ਤੁਹਾਡਾ ਸਵਾਲ ਹੈ ਜੀ, 2023 ਦੀ ਰਿਪੋਰਟ ਅਨੁਸਾਰ ਭਾਰਤ ਦਾ ਕਿਹੜਾ ਰਾਜ
ਬਿਜਲਈ ਉਪਕਰਨ ਦਾ ਸਭ ਤੋਂ ਵੱਧ ਨਿਰਯਾਤ ਕਰਦਾ ਹੈ? ਤੁਹਾਡੇ ਆਪਸ਼ਨ ਨੇ ਜੀ ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ ਜਾਂ ਫਿਰ ਗੋਆ। ਕਰਨਾਟਕਾ। ਕਰਨਾਟਕਾ। ਸਵਾਲ ਸਮਝ ਆ ਗਿਆ ਸੀ ਨਾ ਤੁਹਾਨੂੰ? ਜੀ ਬਿਲਕੁਲ। ਤੇ ਪਰ ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਸਹੀ ਨਹੀਂ ਹੈ, ਕਿਉਂਕਿ ਇਸਦਾ ਸਹੀ ਜਵਾਬ ਹੈ ਜੀ ਜਿਹੜਾ ਕਿ ਤਾਮਿਲਨਾਡੂ ਬਿਜਲਈ ਉਪਕਰਨਾਂ ਦਾ ਸਭ ਤੋਂ ਵੱਧ ਨਿਰਯਾਤ ਕਰਦਾ ਹੈ। ਠੀਕ ਹੈ ਜੀ, ਅੱਗੇ ਤੋਂ ਯਾਦ ਰੱਖਣਾ ਹੈ। ਵਧਦੇ ਹਾਂ ਜੀ ਅਗਲੀ ਟੀਮ ਦੇ ਵੱਲ। ਜੀ ਅਗਲੀ ਟੀਮ ਵੱਲ, ਤੀਸਰੇ ਸਵਾਲ ਦੇ ਲਈ, ਕਿਸ ਐਕਟਰੈਸ ਨੂੰ 2023 ਦਾ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ? ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ, ਵਹੀਦਾ ਰਹਿਮਾਨ ਜਾਂ ਪ੍ਰੀਤੀ ਜ਼ਿੰਟਾ? ਵਿਦਿਆ ਰਹਿਮਾਨ। ਵਹੀਦਾ ਰਹਿਮਾਨ। ਤੁਹਾਨੂੰ ਪਤਾ ਇਹ ਅਵਾਰਡ ਕਿਉਂ ਦਿੱਤਾ ਜਾਂਦਾ? ਨਹੀਂ, ਜੋ ਤੁਸੀਂ ਜਵਾਬ ਦਿੱਤਾ ਹੈ ਉਹਦੇ ਨੰਬਰ ਤਾਂ ਅਸੀਂ ਦੇਖਦੇ ਹਾਂ, ਤੁਹਾਨੂੰ ਸਹੀ ਹੋਇਆ ਤਾਂ ਦੇਵਾਂਗੇ। ਠੀਕ ਹੈ। ਦਾਦਾ ਸਾਹਿਬ ਫਾਲਕੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਜਿਹੜਾ ਕਿ ਫਿਲਮ ਖੇਤਰ ਦੇ ਵਿੱਚ ਕਿਸੇ ਵੀ ਆਰਟਿਸਟ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਯੋਗਦਾਨ ਹੁੰਦਾ ਇਸ ਖੇਤਰ ਦੇ ਵਿੱਚ। ਅਤੇ ਤੁਹਾਡਾ ਜਵਾਬ ਬਿਲਕੁਲ ਸਹੀ ਹੈ, ਵਹੀਦਾ ਰਹਿਮਾਨ ਜੀ ਨੂੰ ਇਸ ਵਾਰ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਅਤੇ ਤੁਹਾਨੂੰ ਮਿਲਦੇ ਨੇ 10 ਨੰਬਰ। ਆੜਾ ਟੀਮ ਦਾ ਸਵਾਲ ਹੈ ਜੀ, ਭਾਰਤ ਦੇ ਕਿਸ ਸ਼ਹਿਰ ਅੰਦਰ G20 ਪਾਰਕ ਦੇ ਇੱਕ ਧਰਤੀ ਇੱਕ ਪਰਿਵਾਰ ਅਤੇ ਇੱਕ ਭਵਿੱਖ ਦੇ ਵਿਚਾਰ ਅਧੀਨ ਪਾਰਕ ਦੀ ਸਥਾਪਨਾ ਕੀਤੀ ਜਾ ਰਹੀ ਹੈ? ਤੁਹਾਡੇ ਆਪਸ਼ਨ ਨੇ ਨਵੀਂ ਦਿੱਲੀ, ਦੂਸਰਾ ਆਪਸ਼ਨ ਹੈ ਤੁਹਾਡਾ ਜੀ ਨੋਇਡਾ, ਤੀਸਰਾ ਆਪਸ਼ਨ ਹੈ ਤੁਹਾਡਾ ਹੈਦਰਾਬਾਦ, ਚੌਥਾ ਆਪਸ਼ਨ ਹੈ ਜੀ ਤੁਹਾਡਾ ਬਨਾਰਸ। ਦਿੱਲੀ। ਇਹਨਾਂ ਦਾ ਇਹ ਜਵਾਬ ਹੈ ਜੀ ਜਿਹੜਾ ਉਹ ਬਿਲਕੁਲ ਸਹੀ ਹੋ ਚੁੱਕਿਆ ਹੈ ਤੇ ਤੁਹਾਡੇ ਖਾਤੇ ਵਿੱਚ 10 ਅੰਕ ਵੀ ਜੁੜ ਚੁੱਕੇ ਨੇ। ਠੀਕ ਹੈ ਜੀ, ਤੇ ਫਿਰ ਖੁਸ਼ ਹੋਵੋ, 10 ਅੰਕ ਜੁੜੇ ਨੇ। ਇਹ ਇੱਕੋ ਸਹਿਜ ਅਵਸਥਾ ਚ ਨੇ, ਜੇ ਨਹੀਂ ਨੰਬਰ ਆਏ ਤਾਂ ਵੀ। ਹਾਂਜੀ ਸਰ, ਉਹ ਮਾਪ ਤੋਲ ਦੇ ਵਿੱਚ ਉਲਝੇ ਹੋਏ ਆ ਮੈਮ ਜੀ। ਉਹ ਕਹਿੰਦੇ 40 ਨੰਬਰ ਹੋਏ ਆ, ਨੰਬਰ ਨਾਲ ਨਾਲ ਗਿਣ ਰਹੇ, ਧਿਆਨ ਉਧਰ ਹੈ। ਕੋਈ ਗੱਲ ਨੀ, ਸਿੱਖੋ, ਇੱਥੇ ਆਏ ਹੋ, ਠੀਕ ਹੈ, ਨੰਬਰਾਂ ਦੇ ਗੇਟ ਚ ਨੀ ਪੈਣਾ। ਸਹੀ ਜਵਾਬ ਦਿਓ ਇਸੇ ਤਰ੍ਹਾਂ ਜਿਵੇਂ ਹੁਣ ਦਿੱਤਾ ਹੈ, ਤੇ ਸਾਡੀਆਂ ਸ਼ੁਭੇਚਾਵਾਂ ਤੁਹਾਡੇ ਨਾਲ ਹੀ ਨੇ। ਠੀਕ ਹੈ, ਹੁਣ ਚੱਲਦੇ ਹਾਂ ਜੀ ED ਟੀਮ ਵੱਲ। ਉੱਤਰਾਖੰਡ ਉੱਚ ਨਿਆਲਿਆ ਦੀ ਪਹਿਲੀ ਮਹਿਲਾ ਮੁੱਖ ਜੱਜ ਕਿਸ ਨੂੰ ਨਿਯੁਕਤ ਕੀਤਾ ਗਿਆ? ਠੀਕ ਹੈ, ਸਵਾਲ ਸਮਝ ਆਇਆ ਤੁਹਾਨੂੰ? ਆਪਸ਼ਨਸ ਨੇ ਰਿਤੂ ਬਾਰੀ, ਰੀਮਾ ਕੋਹਲੀ, ਇੰਦਰਾ ਬੈਨਰਜੀ, ਰਮਾ ਪਾਲ। ਟਾਈਮ ਜਾ ਰਿਹਾ, ਜਵਾਬ ਦੇ ਦਿਓ। ਰਮਾ ਪਾਲ। ਇਸ ਸਵਾਲ ਦਾ ਜਵਾਬ ਗਲਤ ਹੋ ਗਿਆ। ਸਹੀ ਜਵਾਬ ਸੀ ਰਿਤੂ ਬਾਰੀ, ਜੋ ਕਿ ਉੱਤਰਾਖੰਡ ਉੱਚ ਨਿਆਲਿਆ ਦੀ ਪਹਿਲੀ ਮਹਿਲਾ ਮੁੱਖ ਜੱਜ ਨਿਯੁਕਤ ਹੋਏ ਨੇ। ਠੀਕ ਹੈ, ਸੋ ਇਸ ਸਵਾਲ ਦੇ ਲਈ ਜਿਹੜਾ ਤੁਸੀਂ ਜਵਾਬ ਦਿੱਤਾ ਹੈ ਉਹਦੇ ਲਈ 10 ਅੰਕ ਨਹੀਂ ਮਿਲ ਰਹੇ। ਅਤੇ ਹੁਣ ਫਿਰ ਚੱਲਦੇ ਹਾਂ ਜੀ ਟੀਮ ਸੱਸਾ ਵੱਲ। ਸੱਸਾ ਟੀਮ, ਤੁਹਾਡਾ ਸਵਾਲ ਹੈ ਜੀ, ਕਿਸ ਤਾਰੀਖ ਨੂੰ ਭਾਰਤੀ ਏਅਰ ਫੋਰਸ ਦਿਨ ਮਨਾਇਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ 2 ਨਵੰਬਰ, 15 ਦਸੰਬਰ, 8 ਅਕਤੂਬਰ ਜਾਂ ਫਿਰ 12 ਅਪ੍ਰੈਲ। 2 ਨਵੰਬਰ। ਇਹਨਾਂ ਨੇ ਜਵਾਬ ਦਿੱਤਾ ਜੀ 2 ਨਵੰਬਰ।
ਕੀ ਲੱਗਦਾ ਸਹੀ ਹੈ? ਹਾਂਜੀ ਆਪਣੇ ਵੱਲੋਂ ਸਹੀ ਦਿੱਤਾ। ਪਰ ਅਫਸੋਸ ਤੁਹਾਡਾ ਇਹ ਜਵਾਬ ਹੈ ਜੀ ਜਿਹੜਾ ਉਹ ਗਲਤ ਹੋ ਚੁੱਕਿਆ ਹੈ, ਕਿਉਂਕਿ ਭਾਰਤੀ ਏਅਰ ਫੋਰਸ ਦਿਨ 8 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਠੀਕ ਹੈ ਜੀ। ਹਾਂਜੀ ਮੈਮ ਅਗਲੀ ਟੀਮ ਜੀ। ਤੇ ਹੁਣ ਇਹਦੇ ਨਾਲ ਹੀ ਜਿਹੜਾ ਰਾਊਂਡ ਸੀ ਚਲੰਤ ਮੁੱਦਿਆਂ ਦਾ ਇਹ ਸਮਾਪਤ ਹੁੰਦਾ ਹੈ, ਤੇ ਸਾਡਾ ਅਗਲਾ ਰਾਊਂਡ ਹੈ ਜੀ ਵਿਰਾਸਤ ਸੱਭਿਆਚਾਰ ਅਤੇ ਖੇਡਾਂ ਦੇ ਨਾਲ ਸੰਬੰਧਿਤ। ਤੇ ਸਾਡੇ ਵਿਦਿਆਰਥੀਆਂ ਨੂੰ ਸਾਡੇ ਵਿਰਾਸਤ, ਸਾਡੇ ਸੱਭਿਆਚਾਰ, ਸਾਡੀ ਕੌਮ ਦਾ ਕੀ ਇਤਿਹਾਸ ਹੈ ਜੋ ਕਿ ਸੱਭਿਆਚਾਰ ਨਾਲ ਵੀ ਸੰਬੰਧਿਤ ਹੈ, ਉਹਦੇ ਤੋਂ ਜਾਣੂ ਕਰਾਉਣ ਲਈ, ਉਹਦੇ ਨਾਲ ਜੋੜ ਕੇ ਰੱਖਣ ਲਈ ਇਸ ਵਿਸ਼ੇ ਨੂੰ ਇਸ ਪ੍ਰਸ਼ਨੋਤਰੀ ਮੁਕਾਬਲੇ ਦਾ ਹਿੱਸਾ ਬਣਾਇਆ ਗਿਆ। ਤੇ ਸਾਨੂੰ ਉਮੀਦ ਹੈ ਕਿ ਤੁਸੀਂ ਬਹੁਤ ਵਧੀਆ ਤਿਆਰੀ ਕੀਤੀ ਹੋਵੇਗੀ ਇਸ ਰਾਊਂਡ ਦੀ ਵੀ। ਤੇ ਇਸ ਰਾਊਂਡ ਲਈ ਫਿਰ ਤੋਂ ਸਭ ਤੋਂ ਪਹਿਲਾਂ ਅਸੀਂ ਚੱਲੀਏ ਜੀ ਊੜਾ ਟੀਮ ਦੇ ਕੋਲ ਜੀ। ਊੜਾ ਟੀਮ ਲਈ ਸਭ ਤੋਂ ਪਹਿਲਾਂ ਸਵਾਲ ਹੈ, ਪੈਰਾਂ ਦੀਆਂ ਉਂਗਲਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਨੂੰ ਕੀ ਕਹਿੰਦੇ ਹਨ? ਅੰਗੂਠੀ, ਬਿਛੂਏ, ਛੱਲਾ, ਪੌਂਚੀ। ਬਿਛੂਏ। ਤੇ ਜਵਾਬ ਆਇਆ ਜੀ ਬਿਛੂਏ। ਤੇ ਆ ਜਿਹੜਾ ਰਾਊਂਡ ਹੈ ਕਿਹੜਾ ਜੀ? ਵਿਰਾਸਤ ਸੱਭਿਆਚਾਰ ਅਤੇ ਖੇਡਾਂ। ਹਾਂਜੀ। ਇਹਦਾ ਪਹਿਲੇ ਹੀ ਸਵਾਲ ਤੁਹਾਨੂੰ ਪੁੱਛਿਆ। ਹਾਂਜੀ। ਤੇ ਤੁਸੀਂ ਉਹਦਾ ਹੀ ਜਵਾਬ ਸਹੀ ਦੇ ਦਿੱਤਾ ਤੇ 10 ਨੰਬਰ ਤੁਹਾਡੇ ਖਾਤੇ ਦੇ ਵਿੱਚ। ਅਗਲੀ ਟੀਮ ਤੁਹਾਡਾ ਸਵਾਲ ਹੈ ਜੀ, ਖੇਤ ਵਿੱਚ ਵੱਟਾ ਪਾਉਣ ਵਾਲੇ ਸੰਦ ਨੂੰ ਕੀ ਕਿਹਾ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਤਵੀਆਂ, ਸੁਹਾਗਾ, ਕਰਾਹਾ ਜਾਂ ਫਿਰ ਜਿੰਦਰਾ। ਤਵੀਆਂ ਸਰ। ਤਵੀਆਂ। ਸਵਾਲ ਸਹੀ ਸੁਣ ਲਿਆ ਸੀ ਤੁਸੀਂ? ਜੇ ਮੈਂ ਸਵਾਲ ਪੁੱਛਿਆ, ਸਵਾਲ ਕੀ ਸੀ ਇਹਦਾ? ਵੱਟਾਂ ਕਿਹਦੇ ਨਾਲ ਪਾਈਆਂ ਜਾਂਦੀਆਂ ਨੇ? ਤੇ ਤੁਹਾਡਾ ਇਹ ਜਵਾਬ ਮੇਰੇ ਇਸ ਸਵਾਲ ਤੋਂ ਮੈਨੂੰ ਲੱਗਦਾ ਜਿਹੜਾ ਮੈਂ ਪੁੱਛਿਆ ਤੁਹਾਨੂੰ ਉਹ ਤੋਂ ਪਤਾ ਲੱਗ ਗਿਆ ਉਹ ਵੀ ਗਲਤ ਹੋ ਚੁੱਕਿਆ ਹੈ, ਕਿਉਂਕਿ ਵੱਟਾਂ ਜਿੰਦਰੇ ਨਾਲ ਪਾਈਆਂ ਜਾਂਦੀਆਂ ਨੇ, ਤਵੀਆਂ ਦੇ ਨਾਲ ਨਹੀਂ। ਠੀਕ ਹੈ ਜੀ, ਧਿਆਨ ਰੱਖਣਾ ਹੈ। ਹਾਂਜੀ ਅਗਲੀ ਟੀਮ, ਅਗਲਾ ਸਵਾਲ। ਅਗਲੀ ਟੀਮ ਲਈ ਸਵਾਲ ਹੈ, ਜੂਲਾ ਗੱਡੇ ਦੇ ਕਿਸ ਹਿੱਸੇ ਨੂੰ ਕਿਹਾ ਜਾਂਦਾ ਹੈ? ਗੱਡੇ ਦੇ ਹਿੱਸਿਆਂ ਬਾਰੇ ਪੜ੍ਹਿਆ ਸੀ, ਠੀਕ ਹੈ। ਤੇ ਹੁਣ ਮੈਂ ਗੱਡੇ ਦੇ ਵੱਖ ਵੱਖ ਹਿੱਸੇ ਬੋਲੂੰਗੀ ਆਪਸ਼ਨਸ ਦੇ ਤੁਹਾਡੇ। ਗੱਡੇ ਦੇ ਅਗਲੇ ਹਿੱਸੇ ਨੂੰ, ਗੱਡੇ ਦੇ ਪਿਛਲੇ ਹਿੱਸੇ ਨੂੰ, ਗੱਡੇ ਦੇ ਚੱਕੇ ਨੂੰ, ਗੱਡੇ ਦੀਆਂ ਬਾਹੀਆਂ ਨੂੰ, ਜੂਲਾ ਕਿਸ ਨੂੰ ਕਿਹਾ ਜਾਂਦਾ? ਜੂਲੇ ਦਾ ਗੱਡੇ ਦਾ ਅਗਲਾ ਹਿੱਸਾ। ਗੱਡੇ ਦਾ ਅਗਲਾ ਹਿੱਸਾ ਜੂਲਾ ਹੁੰਦਾ ਹੈ। ਪੜ੍ਹਿਆ ਸੀ ਮੈਂ ਪਹਿਲਾਂ ਹੀ ਪੁੱਛਿਆ ਤੁਹਾਨੂੰ ਇਸੇ ਲਈ ਵੀ ਗਲਤੀ ਲੱਗ ਸਕਦੀ ਹੈ, ਪਰ ਗਲਤੀ ਲੱਗੀ ਨਹੀਂ। ਸਹੀ ਜਵਾਬ ਹੈ ਗੱਡੇ ਦੇ ਅਗਲੇ ਹਿੱਸੇ ਨੂੰ ਜੂਲਾ ਕਿਹਾ ਜਾਂਦਾ ਹੈ। ਤੇ ਇਸ ਰਾਊਂਡ ਦਾ ਪਹਿਲਾ ਹੀ ਸਵਾਲ ਸੀ ਤੇ ਅਨੰਦਪੁਰ ਸਾਹਿਬ ਕਾਲਜ ਦੀ ਟੀਮ ਨੇ 10 ਨੰਬਰ ਆਪਣੇ ਖਾਤੇ ਵਿੱਚ ਜੋੜ ਲਏ ਹਨ। ਸੱਸਾ ਟੀਮ ਤੁਹਾਡਾ ਸਵਾਲ ਹੈ ਜੀ, ਇਹਨਾਂ ਵਿੱਚੋਂ ਖੱਡੀ ਤੇ ਕੀ ਬਣਾਇਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਮੰਜੇ, ਖੇਸ, ਨਾਲੇ ਜਾਂ ਫਿਰ ਸਿਰਾਣੇ। ਸਮਾਂ ਸ਼ੁਰੂ ਹੋ ਚੁੱਕਿਆ। ਖੇਸ। ਖੇਸ। ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਬਿਲਕੁਲ ਸਹੀ ਹੋ ਚੁੱਕਿਆ ਹੈ। ਤੇ ਤੁਹਾਡੇ ਖਾਤੇ ਦੇ ਵਿੱਚ 10 ਅੰਕ ਵੀ ਨਹੀਂ ਜੁੜੇ ਨਾ? ਜੁੜ ਗਏ ਸਰ। ਕਿੰਨੀ ਤੇਜ਼ੀ ਨਾਲ ਮਾਈਕ ਫੜ ਕੇ ਦੱਸਿਆ ਮੈਮ ਉਹਨਾਂ ਨੇ ਜੀ, ਨਹੀਂ ਜੀ ਜੁੜ ਚੁੱਕੇ ਨੇ ਬਈ। ਅਗਲੇ ਦੇ ਭਵਿੱਖ ਦਾ ਸਵਾਲ ਹੈ ਜਿਹੜਾ 1 ਲੱਖ ਰੁਪਏ ਆਵਾਜ਼ਾਂ ਮਾਰ ਰਿਹਾ ਉਹਨਾਂ ਨੂੰ। ਬਿਲਕੁਲ ਮਾਈਕ ਉਹਨਾਂ ਨੇ ਭੱਜ ਕੇ ਫੜਨਾ ਹੀ ਹੈ। ਬਿਲਕੁਲ ਬਿਲਕੁਲ ਜੀ। ਫਿਰ ਚੱਲਦੇ ਹਾਂ
ਪੂਰਾ ਟੀਮ ਵੱਲ ਤੁਹਾਡਾ ਸਵਾਲ ਹੈ, ਫੁਲਕਾਰੀ ਵਿੱਚ ਕਿਹੜਾ ਧਾਗਾ ਵਰਤਿਆ ਜਾਂਦਾ ਹੈ, ਸੂਤੀ, ਰੇਸ਼ਮੀ, ਉੱਨੀ ਜਾਂ ਕੋਈ ਨਹੀਂ? ਰੇਸ਼ਮੀ। ਇਹ ਕਿਹਦਾ ਜਵਾਬ ਸੀ ਕਾਕਾ ਜੀ ਦਾ, ਹੈ ਨਾ? ਤੇ ਦੇਖ ਲਓ, ਕਾਕਾ ਜੀ ਨੂੰ ਪਤਾ ਹੈ ਕਿ ਫੁਲਕਾਰੀ ਦੇ ਵਿੱਚ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ, ਤੇ ਤੁਹਾਨੂੰ ਜਿਤਾ ਦਿੱਤੇ ਨੇ ਇਹਨਾਂ ਨੇ 10 ਅੰਕ। ਸ਼ੁਕਰੀਆ ਕਰਨਾ ਚਾਹੀਦਾ, ਠੀਕ ਹੈ? ਹਾਂਜੀ, ਤੇ ਇਹਦੇ ਨਾਲ ਹੀ ਇਸ ਟੀਮ ਨੇ 10 ਨੰਬਰ ਆਪਣੇ ਖਾਤੇ ਵਿੱਚ ਜੋੜ ਲਏ ਨੇ ਜੀ। ਅਗਲੀ ਟੀਮ, ਤੁਹਾਡਾ ਸਵਾਲ ਹੈ ਜੀ, ਪਾਣੀ ਵਾਰਨ ਦੀ ਰਸਮ ਵਿੱਚ ਮਾਂ ਜੋੜੀ ਦੇ ਸਿਰ ਤੋਂ ਕਿੰਨੀ ਵਾਰ ਪਾਣੀ ਵਾਰਦੀ ਹੈ? ਤੁਹਾਡੇ ਆਪਸ਼ਨ ਨੇ 3 ਵਾਰ, 5 ਵਾਰ, 7 ਵਾਰ ਜਾਂ ਫਿਰ 11 ਵਾਰ। ਸਮਾਂ ਲੰਘ ਰਿਹਾ ਜੀ। 5 ਵਾਰੀ ਸਰ। 5 ਵਾਰ। ਵਿਆਹ ਦੇਖ ਕੇ ਆਏ ਹੋ? ਵਿਆਹ ਤਾਂ ਦੇਖਿਆ ਪਰ ਉਸ ਰਸਮ ਤੱਕ ਪਹੁੰਚੇ ਹੀ ਨਹੀਂ। ਬਿਲਕੁਲ ਜੀ, ਕਿਉਂਕਿ ਪਾਣੀ ਵਾਰਨ ਦੀ ਰਸਮ ਵਿੱਚ ਮਾਂ ਜੋੜੀ ਦੇ ਸਿਰ ਤੋਂ 7 ਵਾਰ ਪਾਣੀ ਵਾਰਦੀ ਹੈ। ਠੀਕ ਹੈ, ਇਧਰੋਂ ਇਸ ਪਾਸੇ ਤੋਂ 7 ਵਾਰ ਆ ਰਿਹਾ ਸੀ ਪਰ ਬੜੀ ਹੌਲੀ ਸੁਰ ਦੇ ਵਿੱਚ। ਪਤਾ ਨੀ ਕਿੱਥੇ ਗਿਆ ਜੀ, ਉਹ ਥੋੜਾ ਧੀਮੀ ਸੁਰ ਚ ਰਹਿ ਗਿਆ। ਅੱਗੇ ਤੋਂ ਕੌਨਫੀਡੈਂਸ ਨਾਲ ਜਵਾਬ ਦੇ ਤੇ ਆਪਣੇ ਸਾਥੀ ਨੂੰ ਕਹਿਣਾ ਕਿ ਸਹੀ ਜਵਾਬ ਇਹ ਹੈ। ਠੀਕ ਹੈ, ਤੇ ਇਹਨਾਂ ਦੇ ਖਾਤੇ ਵਿੱਚ ਕੋਈ ਵੀ ਅੰਕ ਹੈ ਜਿਹੜਾ ਉਹ ਨਹੀਂ ਜੁੜਦਾ। ਹੁਣ ਇਹਦੀ ਟੀਮ ਲਈ ਸਵਾਲ ਹੈ, ਤੁੰਬੀ ਸੰਗੀਤ ਸਾਜ਼ ਕਿਸ ਚੀਜ਼ ਤੋਂ ਬਣਿਆ ਹੈ? ਕੱਦੂ ਤੋਂ, ਕੱਕੜੀ ਤੋਂ, ਟੀਂਡੇ ਤੋਂ ਜਾਂ ਖੀਰੇ ਤੋਂ? ਕੱਕੜੀ। ਤਾਂ ਇਹ ਜਵਾਬ ਇਹਨਾਂ ਦਾ ਗਲਤ ਹੋ ਗਿਆ। ਸਹੀ ਜਵਾਬ ਸੀ ਕਿ ਤੁੰਬੀ ਜਿਹੜਾ ਸੰਗੀਤ ਸਾਜ਼ ਹੈ ਉਹ ਕੱਦੂ ਤੋਂ ਬਣਦਾ ਹੈ ਜੀ। ਸੱਸਾ ਟੀਮ, ਰਾਮ ਤੀਰਥ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ? ਠੀਕ ਹੈ ਜੀ, ਤੁਹਾਡੇ ਆਪਸ਼ਨ ਨੇ ਤਰਨ ਤਾਰਨ ਸਾਹਿਬ, ਜਲੰਧਰ, ਅੰਮ੍ਰਿਤਸਰ ਸਾਹਿਬ ਜਾਂ ਫਿਰ ਪਟਿਆਲਾ। ਸ੍ਰੀ ਅੰਮ੍ਰਿਤਸਰ ਸਾਹਿਬ। ਕਿਆ ਬਾਤ ਹੈ ਜੀ, ਮੈਂ ਕਹਿਤਾ ਤੈਨੂੰ, ਤੂੰ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ। ਅੱਛਾ ਜੀ, ਤੇ ਉਹਨੇ ਕਹਿ ਵੀ ਦਿੱਤਾ ਹੈ ਤੇ ਅਸੀਂ ਵੀ ਕਹਿਤਾ ਵੀ ਤੁਹਾਨੂੰ 10 ਅੰਕ ਦੇਤੇ ਹੈ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਟੀਮ ਬੜੀ ਕੌਨਫੀਡੈਂਸ ਦੇ ਨਾਲ ਅੱਗੇ ਵੱਧ ਰਹੀ ਹੈ ਤੇ ਅਸੀਂ ਉਹਨਾਂ ਟੀਮ ਤੋਂ ਹੁਣ ਸਵਾਲ ਵੀ ਪੁੱਛਾਂਗੇ ਤੇ ਮੈਂ ਉਮੀਦ ਕਰਦੀ ਹਾਂ ਸਹੀ ਜਵਾਬ ਆਊਗਾ। ਸਾਵਨ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਸਾਵਨ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਤੀਆਂ, ਰੱਖੜੀ, ਗੁੱਗਾ ਨੌਮੀ ਜਾਂ ਦੀਵਾਲੀ? ਤੀਆਂ। ਤੀਆਂ। ਹਾਂਜੀ, ਸਾਡੀਆਂ ਧੀਆਂ ਵੱਲੋਂ ਜਵਾਬ ਆਇਆ ਕਿ ਤੀਆਂ। ਹਾਂਜੀ, ਭੁਲੇਖਾ ਕਹਾ ਗਏ, ਸਾਵਣ ਸੁਣਦਿਆਂ ਹੀ ਤੁਸੀਂ ਜਵਾਬ ਦੇ ਦਿੱਤਾ। ਪਰ ਜ਼ਰੂਰੀ ਨਹੀਂ ਕਿ ਸਿਰਫ ਤੀਆਂ ਦਾ ਸੰਬੰਧ ਦੱਸਾਉਣ ਨਾਲ, ਰੱਖੜੀ ਦਾ ਤਿਉਹਾਰ ਸਾਵਣ ਦੀ ਜਿਹੜੀ ਪੂਰਨਮਾਸ਼ੀ ਹੈ ਉਸ ਦਿਨ ਹੁੰਦਾ ਹੈ। ਇਸ ਲਈ ਇਹ ਜਵਾਬ ਗਲਤ ਹੋ ਗਿਆ ਤੇ ਇਸ ਜਵਾਬ ਦੇ ਲਈ ਤੁਹਾਨੂੰ ਕੋਈ ਵੀ ਅੰਕ ਨਹੀਂ ਮਿਲਣਗੇ। ਐਡਾ ਟੀਮ, ਬੜੇ ਬੁਰਝਾਏ ਹੋਏ ਮੂੰਹ ਨਾਲ ਦੇਖਦੇ ਹੋ ਜਾਂ ਮੇਰੇ। ਸਵਾਲ ਹੈ ਤੁਹਾਡਾ, ਬੁਲਾਕ ਕਿਹੜੇ ਅੰਗ ਦਾ ਗਹਿਣਾ ਹੈ? ਠੀਕ ਹੈ ਜੀ, ਆਪਸ਼ਨ ਨੇ ਤੁਹਾਡੇ ਮੱਥੇ ਦਾ, ਨੱਕ ਦਾ, ਕੰਨ ਦਾ ਜਾਂ ਫਿਰ ਗਲੇ ਦਾ।
ਗਲੇ ਦਾ ਸਰ ਬੜੇ ਸੋਚ ਵਿਚਾਰ ਤੋਂ ਬਾਅਦ ਤੂੰ ਕੱਲ੍ਹ ਆਇਆ ਸੀ ਨਾ ਤੂੰ ਕੱਲ੍ਹ ਆਇਆ ਸੀ ਨਹੀਂ ਮੈਂ ਜੇ ਤੁਸੀਂ ਸਹੀ ਜਵਾਬ ਦਿਓਗੇ ਫਿਰ ਮੈਂ ਗਲਤ ਕਿਉਂ ਕਹਾਂ ਕਹਿੰਦਾ ਕਹਿਣਾ ਤੁਸੀਂ ਗਲਤ ਹੀ ਹੈ ਜੀ ਨਹੀਂ ਮੇਰਾ ਕੋਈ ਵੈਰ ਥੋੜ੍ਹੀ ਹੈ ਤੁਹਾਡੇ ਨਾਲ ਪਰ ਤੁਹਾਡਾ ਇਹ ਜਵਾਬ ਗਲਤ ਹੈ ਉਹ ਸਹੀ ਉਹਨਾਂ ਦਾ ਅੰਦਾਜ਼ਾ ਸਹੀ ਹੋ ਗਿਆ ਤੇ ਤੁਸੀਂ ਤੁੱਕਾ ਹੀ ਲਾਇਆ ਸੀ ਉਹ ਤੀਰ ਨਹੀਂ ਬਣਿਆ ਹਨਾ ਕੋਈ ਗੱਲ ਨਹੀਂ ਹੁਣ ਦੱਸ ਦਿੰਦੇ ਹਾਂ ਹਾਂਜੀ ਬੁਲਾ ਕੇ ਜਿਹੜਾ ਉਹ ਨੱਕ ਦਾ ਗਹਿਣਾ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਹੁਣ ਤੁਹਾਨੂੰ ਯਾਦ ਰਹੂਗਾ ਠੀਕ ਹੈ ਤੇ ਇਹ ਸਵਾਲ ਦਾ ਜਵਾਬ ਜਿਹੜਾ ਗਲਤ ਹੋ ਗਿਆ ਸੀ ਐਡਾ ਟੀਮ ਦਾ ਇਸ ਲਈ ਇਹਨਾਂ ਨੂੰ ਕੋਈ ਅੰਕ ਨਹੀਂ ਮਿਲਣਗੇ ਹੁਣ ਅਸੀਂ ਚੱਲਦੇ ਹਾਂ ਈਡੀ ਟੀਮ ਕੋਲ ਤੁਹਾਡਾ ਸਵਾਲ ਹੈ ਮਕਰ ਸੰਕ੍ਰਾਂਤੀ ਕਿਸ ਦਾ ਦੂਜਾ ਨਾਮ ਹੈ ਮਕਰ ਸੰਕ੍ਰਾਂਤੀ ਸੁਣਿਆ ਤੁਸੀਂ ਟਰਮ ਇਹ ਤਾਂ ਆਪਸ਼ਨਸ ਨੇ ਮੱਸਿਆ ਮਾਘੀ ਲੋਹੜੀ ਰੱਖੜੀ ਮਾਘੀ ਮਾਘੀ ਤੇ ਜਵਾਬ ਬਿਲਕੁਲ ਸਹੀ ਹੈ ਤੇ ਇਹਦੇ ਨਾਲ ਹੀ ਇਹਨਾਂ ਨੂੰ ਮਿਲਦੇ ਨੇ ਜੀ 10 ਅੰਕ ਹੁਣ ਅਸੀਂ ਚੱਲਦੇ ਹਾਂ ਸੱਸਾ ਟੀਮ ਵੱਲ ਸੱਸਾ ਟੀਮ ਤੁਹਾਡਾ ਸਵਾਲ ਬੜਾ ਔਖਾ ਆ ਰਿਹਾ ਹੈ ਠੀਕ ਹੈ ਧਿਆਨ ਨਾਲ ਸੁਣ ਲਿਓ ਸਵਾਲ ਹੈ ਜੀ ਛਾਹ ਵੇਲਾ ਕਿਹੜਾ ਹੈ ਆਪਸ਼ਨ ਹੈ ਤੁਹਾਡੇ ਸਵੇਰ ਵੇਲਾ ਦੁਪਹਿਰ ਵੇਲਾ ਸ਼ਾਮ ਵੇਲਾ ਜਾਂ ਫਿਰ ਰਾਤ ਵੇਲਾ ਸ਼ਾਮ ਵੇਲਾ ਸ਼ਾਮ ਵੇਲਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਵਾਲ ਬਹੁਤ ਔਖਾ ਆ ਰਿਹਾ ਹੈ ਸਹੀ ਹੈ ਹੁਣੇ ਤੁਸੀਂ ਦੱਸ ਦੋ ਸਰ ਤੁਸੀਂ ਦੱਸੋ ਸਹੀ ਹੈ ਉਹ ਕਹਿੰਦੇ ਤੁਸੀਂ ਦੱਸ ਦੋ ਕਹਿੰਦੇ ਸਹੀ ਹੈ ਪਰ ਮੈਂ ਨਾ ਤੇਰੀ ਨਾ ਮੇਰੀ ਮੈਂ ਕਹੂੰਗਾ ਇਹ ਸਵਾਲ ਗਲਤ ਹੈ ਸਵਾਲ ਸਹੀ ਹੈ ਪਰ ਜਵਾਬ ਤੁਹਾਡਾ ਗਲਤ ਹੈ ਕਿਉਂਕਿ ਇਹਦਾ ਸਹੀ ਜਵਾਬ ਹੈ ਜੀ ਸਵੇਰ ਵੇਲਾ ਠੀਕ ਹੈ ਜੀ ਹਾਂਜੀ ਇਹਦੇ ਨਾਲ ਹੀ ਜਿਹੜਾ ਆ ਰਾਊਂਡ ਸੀਗਾ ਇਹ ਖਤਮ ਹੁੰਦਾ ਹੈ ਵਿਰਾਸਤ ਸੱਭਿਆਚਾਰ ਅਤੇ ਖੇਡਾਂ ਨਾਲ ਸੰਬੰਧਿਤ ਜਿਸ ਵਿੱਚ ਸੱਸਾ ਟੀਮ ਤੋਂ ਆਖਰੀ ਸਵਾਲ ਪੁੱਛਿਆ ਗਿਆ ਤੇ 10 ਅੰਕ ਉਹਨਾਂ ਦੇ ਖਾਤੇ ਵਿੱਚ ਨਹੀਂ ਜੁੜੇ ਨੇ ਤੇ ਇਹਦੇ ਨਾਲ ਹੀ ਊੜਾ ਐੜਾ ਈੜੀ ਸੱਸਾ ਟੀਮ ਇਹ ਚਾਰੋਂ ਹੀ ਸਾਡੇ ਨਾਲ ਬਣੀਆਂ ਹੋਈਆਂ ਨੇ 4 ਰਾਊਂਡ ਹੋ ਗਏ ਨੇ ਤੇ ਇਸ ਤੋਂ ਬਾਅਦ ਅਸੀਂ ਚੱਲਾਂਗੇ ਜੀ ਫਿਰ 5ਵੇਂ ਰਾਊਂਡ ਵੱਲ ਤੇ ਸਾਡਾ 5ਵਾਂ ਰਾਊਂਡ ਹੈ ਜੀ ਭਾਰਤੀ ਭੂਗੋਲ ਅਤੇ ਰਾਜਨੀਤੀ ਦੇ ਨਾਲ ਸੰਬੰਧਿਤ ਇਸ ਦੇ ਨਾਲ ਹੀ ਅਸੀਂ ਚੱਲਦੇ ਹਾਂ ਜੀ ਟੀਮ ਊੜਾ ਦੇ ਵੱਲ ਜੀ ਸੋ ਊੜਾ ਟੀਮ ਲਈ ਸਵਾਲ ਹੈ ਮੌਤ ਦੀ ਘਾਟੀ ਕਿਸ ਦੇਸ਼ ਵਿੱਚ ਸਥਿਤ ਹੈ ਆਪਸ਼ਨਸ ਨੇ ਸਾਊਦੀ ਅਰੇਬੀਆ ਅਮਰੀਕਾ ਉੱਤਰੀ ਕੋਰੀਆ ਜਾਂ ਫਿਰ ਬ੍ਰਾਜ਼ੀਲ ਮੌਤ ਦੀ ਘਾਟੀ ਕੋਰੀਆ ਕੋਰੀਆ ਹਾਂਜੀ ਜਵਾਬ ਆਇਆ ਜੀ ਕੋਰੀਆ ਇੱਥੇ ਆਪਸ਼ਨ ਸੀ ਉੱਤਰੀ ਕੋਰੀਆ ਤੇ ਉਹ ਗਲਤ ਜਵਾਬ ਹੋ ਗਿਆ ਸਹੀ ਜਵਾਬ ਹੈ ਅਮੈਰੀਕਾ ਅਮੈਰੀਕਾ ਦੇ ਵਿੱਚ ਵੈਲੀ ਆਫ ਡੈਥ ਮੌਤ ਦੀ ਘਾਟੀ ਹੈ ਤੇ ਇਸ ਲਈ ਇਸ ਜਵਾਬ ਲਈ ਤੁਹਾਨੂੰ ਕੋਈ ਨੰਬਰ ਨਹੀਂ ਮਿਲ ਰਹੇ ਠੀਕ ਹੈ ਤੇ ਇਹ ਭੂਗੋਲ ਅਤੇ ਰਾਜਨੀਤੀ ਭਾਰਤ ਦੀ ਉਹਦੇ ਅੰਤਰਗਤ ਰਾਊਂਡ ਸ਼ੁਰੂ ਕੀਤਾ ਤੇ ਹੁਣ ਦੂਸਰਾ ਜਿਹੜਾ ਸਵਾਲ ਹੈ ਪੁੱਛਿਆ ਜਾਏਗਾ ਐੜਾ ਟੀਮ ਤੋਂ ਸਤਲਾਣੀ ਸਾਹਿਬ ਤੁਹਾਡਾ ਸਵਾਲ ਹੈ ਜੀ ਕਿਸ ਗ੍ਰਹਿ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ ਤੁਹਾਡੇ ਆਪਸ਼ਨ ਨੇ ਯੂਪੀਟਰ ਧਰਤੀ ਸੈਟਰਨ ਵੀਨਸ ਧਰਤੀ ਸਰ ਧਰਤੀ ਤੁਹਾਨੂੰ ਪਤਾ ਹੈ ਜੇ ਤਾਂ ਤੁਸੀਂ ਬੋਲ ਦਿੰਦੇ ਤੁਹਾਡਾ ਜਿਹੜਾ ਜਵਾਬ ਹੈ ਜੀ ਉਹ ਬਿਲਕੁਲ ਸਹੀ ਹੈ ਤੇ ਇਸ ਵਾਰ ਮੈਂ ਗਲਤ ਕਹਿਣ ਦੇ ਹੱਕ ਦੇ ਵਿੱਚ ਨਹੀਂ ਹਾਂ ਠੀਕ ਹੈ
ਅੱਗੇ ਤੋਂ ਵੀ ਨਹੀਂ ਕਹੂੰਗਾ ਜੇ ਤੁਸੀਂ ਸਹੀ ਜਵਾਬ ਦਿਓਗੇ। ਤੇ ਤੁਹਾਡੇ ਖਾਤੇ ਵਿੱਚ 10 ਅੰਕ ਜੁੜ ਚੁੱਕੇ ਨੇ ਜੀ, ਟੀਮ ਨੇ ਸਹੀ ਜਵਾਬ ਦਿੱਤਾ ਹੈ ਜੀ। ਤੇ ਰੌਣਕ ਤੁਹਾਡੇ ਚਿਹਰੇ ਤੇ ਨਜ਼ਰ ਨਹੀਂ ਆ ਰਹੀ, ਤੇ ਖਾ ਦੋ ਹੱਸ ਕੇ ਇੱਕ ਵਾਰੀ। ਹਾਂ, ਤੁਸੀਂ ਹੱਸਦੇ ਹੀ ਵਧੀਆ ਲੱਗਦੇ ਹੋ ਸਾਨੂੰ, ਠੀਕ ਹੈ। ਹੁਣ ਅਸੀਂ ਚੱਲਦੇ ਹਾਂ ਜੀ ਈਡੀ ਟੀਮ ਵੱਲ। ਤੁਹਾਡਾ ਸਵਾਲ ਹੈ, ਦੂਰੀਂਦ ਲਾਈਨ ਕਿੰਨਾ ਦੋ ਦੇਸ਼ਾਂ ਦੀ ਸੀਮਾ ਨਿਰਧਾਰਿਤ ਕਰਦੀ ਹੈ? ਦੂਰੀਂਦ ਲਾਈਨ, ਇਹਦਾ ਨਾਮ ਇਹੀ ਹੈ, ਦੂਰੀਂਦ ਲਾਈਨ ਕਿੰਨਾ ਦੋ ਦੇਸ਼ਾਂ ਦੀ ਸੀਮਾ ਨਿਰਧਾਰਿਤ ਕਰਦੀ ਹੈ? ਭਾਰਤ ਅਤੇ ਪਾਕਿਸਤਾਨ, ਰੂਸ ਅਤੇ ਚੀਨ, ਭਾਰਤ ਅਤੇ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ, ਰੂਸ ਅਤੇ ਚੀਨ। ਇਹਨਾਂ ਵੱਲੋਂ ਜਵਾਬ ਆਉਂਦਾ ਹੈ ਕਿ ਦੂਰੀਂਦ ਲਾਈਨ ਹੈ ਜਿਹੜੀ ਰੂਸ ਅਤੇ ਚੀਨ ਦੀ ਸੀਮਾ ਨਿਰਧਾਰਿਤ ਕਰਦੀ ਹੈ। ਇਹ ਜਵਾਬ ਬਿਲਕੁਲ ਗਲਤ ਹੋ ਗਿਆ। ਸਹੀ ਜਵਾਬ ਹੈ ਪਾਕਿਸਤਾਨ ਅਤੇ ਅਫਗਾਨਿਸਤਾਨ, ਇਹਨਾਂ ਦੋ ਦੇਸ਼ਾਂ ਦੀ। ਜਵਾਬ ਬੋਲਿਆ ਵੀ ਸੀ ਪਰ ਵਿੱਚੋਂ ਇੱਕ ਨੇ ਬੋਲਿਆ, ਪਰ ਜਿਹੜਾ ਸਪੀਕਰ ਨੇ ਜਦੋਂ ਜਵਾਬ ਦਿੱਤਾ ਉਹ ਗਲਤ ਹੋ ਗਿਆ, ਹੈ ਨਾ? ਬਿਲਕੁਲ। ਤੇ ਕੋਈ ਗੱਲ ਨਹੀਂ, ਤੁਹਾਡੇ ਚੋਂ ਇੱਕ ਨੂੰ ਜਵਾਬ ਪਤਾ ਸੀ, ਅਸੀਂ ਇਸੇ ਨਾਲ ਖੁਸ਼ ਹਾਂ ਕਿ ਇੱਕ ਬੱਚੇ ਨੂੰ ਤਾਂ ਸਹੀ ਜਵਾਬ ਆਉਂਦਾ ਸੀ। ਪਰ ਕਿਉਂਕਿ ਜਿਹੜੇ ਰੂਲਸ ਨੇ, ਇਹ ਮੁਕਾਬਲਾ ਹੈ ਤੇ ਅਸੀਂ ਤੁਹਾਨੂੰ ਇਹਦੇ 10 ਨੰਬਰ ਨਹੀਂ ਦੇ ਸਕਦੇ। ਤੇ ਹੁਣ ਅਸੀਂ ਚੱਲਦੇ ਹਾਂ ਟੀਮ ਸੱਸਾ ਵੱਲ। ਟੀਮ ਸੱਸਾ, ਤੁਹਾਡਾ ਸਵਾਲ ਹੈ ਜੀ, ਕਿਸ ਦੇਸ਼ ਨੂੰ ਦੁਨੀਆ ਦਾ ਕਾਫੀ ਕਟੋਰਾ ਕਿਹਾ ਜਾਂਦਾ ਹੈ? ਸਵਾਲ ਸਮਝ ਆਇਆ? ਕਿਸ ਦੇਸ਼ ਨੂੰ ਦੁਨੀਆ ਦਾ ਕਾਫੀ ਕਟੋਰਾ ਕਿਹਾ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਬ੍ਰਾਜ਼ੀਲ, ਯੁਗੰਡਾ, ਭਾਰਤ ਜਾਂ ਫਿਰ ਕੀਨੀਆ। ਬ੍ਰਾਜ਼ੀਲ। ਬ੍ਰਾਜ਼ੀਲ, ਤੁਹਾਡਾ ਇਹ ਜਵਾਬ ਹੈ ਜੀ ਜਿਹੜਾ ਉਹ ਬਿਲਕੁਲ ਗਲਤ ਨਹੀਂ ਹੋਇਆ, ਬਲਕਿ ਸਹੀ ਹੋ ਚੁੱਕਿਆ ਹੈ। ਤੇ ਤੁਹਾਡੇ ਖਾਤੇ ਵਿੱਚ 10 ਅੰਕ ਵੀ ਜੁੜ ਚੁੱਕੇ ਨੇ। ਹੁਣ ਇਸ ਗੇੜ ਦੇ ਦੂਸਰੇ ਸਵਾਲ ਦੇ ਲਈ ਟੀਮ ਊੜਾ ਵੱਲ ਚੱਲਦੇ ਹਾਂ। ਧਿਆਨ ਨਾਲ ਸੁਣਨਾ, ਕੁਦਰਤੀ ਰਬੜ ਸਭ ਤੋਂ ਵੱਧ ਪੈਦਾ ਕਰਨ ਵਾਲਾ ਕਿਹੜਾ ਦੇਸ਼ ਹੈ? ਮਲੇਸ਼ੀਆ, ਥਾਈਲੈਂਡ, ਸ਼੍ਰੀਲੰਕਾ, ਚੀਨ। ਚੀਨ। ਚੀਨ, ਜਵਾਬ ਆਇਆ ਡੁਮੇਲੀ ਦੀ ਟੀਮ ਵੱਲੋਂ ਕਿ ਕੁਦਰਤੀ ਰਬੜ ਇਹਨਾਂ ਦੇ ਅਨੁਸਾਰ ਚੀਨ ਵਿੱਚ ਪੈਦਾ ਹੁੰਦੀ ਹੈ ਸਭ ਤੋਂ ਵੱਧ। ਤੇ ਸਹੀ ਜਵਾਬ ਹੈ ਥਾਈਲੈਂਡ, ਇਸ ਲਈ ਇਹ ਜਵਾਬ ਗਲਤ ਹੋ ਗਿਆ। ਤੇ ਸਹੀ ਜਵਾਬ ਸੀ ਥਾਈਲੈਂਡ, ਜਿਸ ਵਿੱਚ ਦੁਨੀਆ 'ਚ ਸਭ ਤੋਂ ਵੱਧ ਰਬੜ ਪੈਦਾ ਹੁੰਦੀ ਹੈ। ਹੁਣ ਚੱਲਦੇ ਹਾਂ ਟੀਮ ਐੜਾ ਵੱਲ। ਐੜਾ ਦੇ ਵੱਲ, ਮੈਨੂੰ ਗਲਤ ਕਹਿਣ ਦਾ ਮੌਕਾ ਨਾ ਦਿਓ ਹੁਣ, ਠੀਕ ਹੈ। ਤੁਹਾਡਾ ਸਵਾਲ ਹੈ ਜੀ, ਸਾਡੇ ਦੇਸ਼ ਵਿੱਚ ਸੰਵਿਧਾਨ ਦਿਵਸ ਕਿਸ ਤਾਰੀਖ ਨੂੰ ਮਨਾਇਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ 26 ਜਨਵਰੀ, 26 ਨਵੰਬਰ, 26 ਦਸੰਬਰ ਜਾਂ ਫਿਰ 15 ਅਗਸਤ। ਛੱਬੀ ਜਨਵਰੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਉਹ ਗਣਤੰਤਰ ਦਿਵਸ ਹੁੰਦਾ ਹੈ। ਸਵਾਲ ਕੀ ਸੀ ਸਾਡਾ? ਤੁਹਾਨੂੰ ਪਤਾ ਸੀ ਜਦੋਂ, ਫਿਰ ਖੁਦ ਕਿਉਂ ਨਹੀਂ ਬੋਲੀ? ਤੇ ਹੁਣ ਮੈਂ ਦੱਸੋ, ਮੈਂ ਵੀ ਕੀ ਕਰਾਂ, ਮੈਂ ਵੀ ਗਲਤ ਹੀ ਕਹੂੰਗਾ। ਤੇ ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਗਲਤ ਹੋ ਚੁੱਕਿਆ ਜੀ। ਤੁਹਾਡੇ ਖਾਤੇ ਵਿੱਚ ਕੋਈ ਵੀ ਨੰਬਰ ਹੈ ਜਿਹੜਾ ਉਹ ਨਹੀਂ ਜੁੜ ਰਿਹਾ, ਕਿਉਂਕਿ 26 ਨਵੰਬਰ ਵਾਲੇ ਦਿਨ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਜੀ। ਠੀਕ ਹੈ ਜੀ, 26 ਨਵੰਬਰ, ਇਸ ਦਿਨ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਸੀ ਉਹ ਬਣ ਕੇ ਤਿਆਰ ਹੋ ਚੁੱਕਿਆ ਸੀ। ਠੀਕ ਹੈ ਜੀ,
ਤਾਂ ਕਰਕੇ 26 ਨਵੰਬਰ ਵਾਲੇ ਦਿਨ ਸੰਵਿਧਾਨ ਦਿਵਸ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ। ਤੁਹਾਡਾ ਜਵਾਬ ਹੈ ਜਿਹੜਾ ਉਹ ਗਲਤ ਹੋ ਚੁੱਕਿਆ ਹੈ। ਤੇ ਇਹਨਾਂ ਦੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੋ ਗਿਆ ਇਸ ਸਵਾਲ ਦੇ ਨਾਲ। ਹੁਣ ਅਸੀਂ ਚੱਲਦੇ ਹਾਂ ਟੀਮ ਈੜੀ ਵੱਲ। ਤੁਹਾਡੇ ਲਈ ਸਵਾਲ ਹੈ, ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਕਿੱਥੇ ਹੁੰਦਾ ਹੈ? ਨੰਗਲ, ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਹਰੀਕੇਪੱਤਣ? ਹਰੀਕੇਪੱਤਣ। ਜਦੋਂ ਤੱਕ ਸਹੀ ਆਪਸ਼ਨ ਨਹੀਂ ਆ ਰਹੀ ਸੀ, ਸਟਿਲ ਬੈਠੇ ਸੀ ਕਿ ਹੁਣ ਬੋਲਣਗੇ। ਜਦੋਂ ਹਰੀਕੇਪੱਤਣ ਜਵਾਬ ਆਇਆ, ਉਦੋਂ ਇਹਨਾਂ ਨੂੰ ਸਾਹ ਆਇਆ ਕਿ ਆਪਸ਼ਨ ਦੇ ਵਿੱਚ ਹੈਗਾ ਤੇ ਸਾਡਾ ਜਵਾਬ ਸਹੀ ਹੈ। ਇਹਨਾਂ ਦੇ ਖਾਤੇ ਵਿੱਚ ਜੁੜਦੇ ਨੇ 10 ਨੰਬਰ। ਇਸ ਦੇ ਨਾਲ ਹੀ 10 ਨੰਬਰ ਦਿੰਦੇ ਹੋਏ ਅਸੀਂ ਵੱਧਦੇ ਹਾਂ ਜੀ ਸੱਸਾ ਟੀਮ ਦੇ ਕੋਲ, ਜਿਹੜੀ ਪਹੁੰਚੀ ਹੈ ਆਕੜ ਕਾਲਜ ਤੋਂ, ਹੈ ਨਾ ਜੀ? ਹਾਂਜੀ। ਤੁਹਾਡਾ ਸਵਾਲ ਹੈ ਜੀ, 26 ਜਨਵਰੀ 2023 ਦੀ ਗਣਤੰਤਰ ਦਿਵਸ ਤੇ ਮੁੱਖ ਮਹਿਮਾਨ ਕੌਣ ਸਨ? ਠੀਕ ਹੈ ਜੀ। ਤੁਹਾਡੇ ਆਪਸ਼ਨ ਨੇ ਫਰਾਂਸ ਦੇ ਰਾਸ਼ਟਰਪਤੀ, ਅਮਰੀਕਾ ਦੇ ਰਾਸ਼ਟਰਪਤੀ, ਬੰਗਲਾਦੇਸ਼ ਦੇ ਰਾਸ਼ਟਰਪਤੀ ਜਾਂ ਫਿਰ ਰੂਸ ਦੇ ਰਾਸ਼ਟਰਪਤੀ। ਸਮਾਂ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ। ਰੂਸ ਦੇ ਰਾਸ਼ਟਰਪਤੀ ਜਮਾ ਸਮਾਂ ਸਮਾਪਤੀ ਤੇ ਸੀ ਉਸ ਸਮੇਂ ਜਵਾਬ ਦਿੱਤਾ, ਤੇ ਇਹ ਜਿਹੜਾ ਜਵਾਬ ਦਿੱਤਾ ਹੋਇਆ ਹੈ ਉਹ ਰੰਗ ਨਹੀਂ ਲਿਆਇਆ, ਕਿਉਂਕਿ 26 ਜਨਵਰੀ 2023 ਵਾਲੇ ਦਿਨ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਸੀ ਜਿਹੜੇ ਉਹ ਫਰਾਂਸ ਦੇ ਰਾਸ਼ਟਰਪਤੀ ਸੀ। ਠੀਕ ਹੈ ਜੀ, ਤੁਹਾਡਾ ਇਹ ਜਵਾਬ ਗਲਤ ਹੈ। ਤੁਹਾਡੇ ਖਾਤੇ ਵਿੱਚ ਕੋਈ ਵੀ ਅੰਕ ਨਹੀਂ ਜੁੜ ਰਿਹਾ। ਤੇ ਹੁਣ ਅਸੀਂ ਚੱਲਦੇ ਹਾਂ ਫਿਰ ਤੋਂ ਹੂਣਾ ਟੀਮ ਵੱਲ, ਇਸ ਰਾਊਂਡ ਦਾ ਉਹਨਾਂ ਦਾ ਤੀਸਰਾ ਸਵਾਲ ਲੈ ਕੇ। 26 ਨਵੰਬਰ 2023 ਨੂੰ ਭਾਰਤ ਦੇ ਕਿਹੜੇ ਰੇਲਵੇ ਸਟੇਸ਼ਨ ਨੂੰ ਪਲੈਟੀਨਮ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ? ਨਵੀਂ ਦਿੱਲੀ, ਅਹਿਮਦਾਬਾਦ, ਸਿਆਲਦਾ, ਵਿਜੇਵਾੜਾ? ਪਲੈਟੀਨਮ ਸਰਟੀਫਿਕੇਟ ਕਿਹੜੇ ਰੇਲਵੇ ਸਟੇਸ਼ਨ ਨੂੰ ਦਿੱਤਾ ਗਿਆ? ਨਿਊ ਦਿੱਲੀ। ਨਿਊ ਦਿੱਲੀ, ਹਾਂਜੀ। ਇਸ ਸਲਾਹ ਨਾਲ ਦਿੱਤਾ ਜਵਾਬ? ਹਾਂਜੀ। ਸਲਾਹ ਇਸ ਵਾਰ ਕੰਮ ਨਹੀਂ ਕੀਤੀ, ਜਵਾਬ ਗਲਤ ਹੋ ਗਿਆ। ਸਹੀ ਜਵਾਬ ਹੈ ਵਿਜੇਵਾੜਾ ਰੇਲਵੇ ਸਟੇਸ਼ਨ। ਠੀਕ ਹੈ, ਇਸ ਨੂੰ ਪਲੈਟੀਨਮ ਸਰਟੀਫਿਕੇਟ ਦਿੱਤਾ ਗਿਆ ਰੇਲਵੇ ਸਟੇਸ਼ਨ ਨੂੰ। ਠੀਕ ਹੈ ਜੀ, ਸੋ ਗਲਤ ਜਵਾਬ ਹੋਣ ਕਰਕੇ 10 ਨੰਬਰ ਇਸ ਵਾਰ ਇਹਨਾਂ ਦੇ ਖਾਤੇ ਵਿੱਚ ਨਹੀਂ ਜਾ ਰਹੇ। ਆੜਾ ਟੀਮ, ਤੁਹਾਡਾ ਸਵਾਲ ਹੈ ਜੀ, ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਕਿਹੜੀ ਹੈ? ਤੁਹਾਡੇ ਆਪਸ਼ਨ ਨੇ ਕੋਚੀਨ, ਮੁੰਬਈ, ਵਿਸਾਖਾਪਟਨਮ ਜਾਂ ਫਿਰ ਚੇਨਈ? ਮੁੰਬਈ ਸਰ। ਮੁੰਬਈ, ਤੁਹਾਡਾ ਇਹ ਜਵਾਬ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਜੀ, ਤੇ ਤੁਹਾਡੇ ਖਾਤੇ ਵਿੱਚ 10 ਨੰਬਰ ਜੁੜ ਚੁੱਕੇ ਨੇ। ਠੀਕ ਹੈ ਜੀ, ਠੀਕ ਹੈ, ਹੁਣ ਤਾਂ ਖੁਸ਼ ਹੋ ਜਾਓ। ਇਹ ਅਜੇ ਵੀ ਕੈਲਕੂਲੇਸ਼ਨ ਮਾਈਂਡ 'ਚ ਚੱਲ ਰਹੀ ਹੈ, ਜਿਹੜੇ ਇਹਨਾਂ ਨੂੰ ਖੁਸ਼ ਨਹੀਂ ਹੋਣ ਦੇ ਰਹੀ, ਤੇ ਸਮਾਈਲ ਕਰਨੀ ਹੈ, ਅੰਦਰੋਂ ਖੁਸ਼ੀ ਲਿਆਉਣੀ ਹੈ, ਚੜ੍ਹਦੀ ਕਲਾ 'ਚ ਰਹਿਣਾ। ਠੀਕ ਹੈ, ਹੁਣ ਚੱਲਦੇ ਹਾਂ ਜੀ ਟੀਮ ਈੜੀ ਕੋਲ ਸਵਾਲ ਲੈ ਕੇ। ਈੜੀ ਲਈ ਸਵਾਲ ਹੈ, ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਵਿੱਚ ਕੁੱਲ ਕਿੰਨੇ ਸਾਲ ਗੁਜ਼ਾਰੇ? 15 ਸਾਲ, 21 ਸਾਲ, 11 ਸਾਲ ਜਾਂ 17 ਸਾਲ? ਸਮਾਂ ਜਾ ਰਿਹਾ। 15 ਸਾਲ। ਓਹੋ,
ਹੁਣ ਕਹਿ ਰਹੇ ਨੇ ਕਿ 21 ਸਾਲ ਸੀ ਜਵਾਬ, ਤੇ ਟਾਈਮ ਰਹਿੰਦੇ ਇਹਨਾਂ ਨੇ 15 ਸਾਲ ਕਹਿ ਦਿੱਤਾ। ਤੇ ਫਿਰ ਮੈਂ ਕਹੂੰਗੀ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਇਹਨਾਂ ਨੂੰ ਸਹੀ ਜਵਾਬ ਪਤਾ, ਹਾਰ ਜਿੱਤ ਬਾਅਦ ਦੀ ਗੱਲ ਹੈ, ਨੰਬਰਾਂ ਦੀ ਖੇਡ ਬਾਅਦ ਦੀ ਗੱਲ ਹੈ, ਸਾਨੂੰ ਜਾਣਕਾਰੀ ਹੋਣਾ ਜ਼ਰੂਰੀ ਹੈ। ਤੇ ਸਾਨੂੰ ਭਵਿੱਖ ਲਈ ਇਹ ਵੀ ਇੱਕ ਲੈਸਨ ਮਿਲਦਾ ਇੱਥੋਂ ਕਿ ਸਹੀ ਸਮੇਂ 'ਤੇ ਸਹੀ ਜਾਣਕਾਰੀ ਹੋਣਾ ਜ਼ਰੂਰੀ ਹੈ। ਤਾਂ ਸਵਾਲ ਦਾ ਜਵਾਬ ਗਲਤ ਦਿੱਤੇ ਜਾਣ ਕਾਰਨ ਇਹਨਾਂ ਨੂੰ 10 ਨੰਬਰ ਨਹੀਂ ਮਿਲ ਰਹੇ। ਤੇ ਫਿਰ ਚੱਲਦੇ ਹਾਂ ਹੁਣ ਸੱਸਾ ਟੀਮ ਵੱਲ। ਸੱਸਾ ਟੀਮ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫੋਰ ਗਰਲਸ ਆਕੜ, ਤੁਹਾਡਾ ਸਵਾਲ। ਭਾਰਤ ਵਿੱਚ 42ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਨਵੰਬਰ 2023 ਨੂੰ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ? ਤੁਹਾਡੇ ਆਪਸ਼ਨ ਨੇ ਨਵੀਂ ਦਿੱਲੀ, ਗੁੜਗਾਓਂ, ਨੋਇਡਾ ਜਾਂ ਫਿਰ ਅਹਿਮਦਾਬਾਦ। ਨੋਇਡਾ। ਨੋਇਡਾ ਇਹਨਾਂ ਦਾ ਇਹ ਜਵਾਬ ਹੈ ਜੀ। ਕੀ ਕੀਤਾ ਜਾਵੇ ਮੈਮ, ਦੇ ਦਈਏ ਨੰਬਰ? ਸਹੀ ਹੈ ਤਾਂ ਦੇ ਦਿਓ, ਉਹ ਕਹਿੰਦੇ ਦੇ ਦਿਓ, ਨੰਬਰ ਚਾਹੀਦੇ ਨੇ ਵੈਸੇ। ਜਿਵੇਂ ਆਪ ਜੀ ਨੂੰ ਸਹੀ ਲੱਗੇ ਜਵਾਬ, ਬਿਲਕੁਲ ਸਹੀ ਦਿੱਤਾ ਜਿੱਥੋਂ ਤੱਕ ਮੈਨੂੰ ਇਹ ਲੱਗਦਾ ਕਿ ਤੁਹਾਡਾ ਇਹ ਜਵਾਬ ਗਲਤ ਹੋ ਚੁੱਕਿਆ ਹੈ ਤੇ ਮੈਂ ਨੰਬਰ ਤੁਹਾਨੂੰ ਨਹੀਂ ਦੇ ਸਕਦਾ, ਕਿਉਂਕਿ ਇਸਦਾ ਸਹੀ ਜਵਾਬ ਹੈ ਜੀ 42ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਨਵੰਬਰ 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਠੀਕ ਹੈ ਜੀ, ਨਵੀਂ ਦਿੱਲੀ ਇਸਦਾ ਸਹੀ ਉੱਤਰ ਸੀ ਤੇ ਤੁਹਾਨੂੰ ਕੋਈ ਵੀ ਅੰਕ ਹੈ ਜਿਹੜਾ ਉਹ ਨਹੀਂ ਮਿਲ ਸਕਦਾ ਜੀ। ਤੇ ਰਜਿੰਦਰ ਜੀ, ਹੁਣ ਜਿਹੜਾ 5ਵਾਂ ਰਾਊਂਡ ਸੀਗਾ ਜਿਹੜਾ ਕਿ ਭਾਰਤੀ ਭੂਗੋਲ ਅਤੇ ਰਾਜਨੀਤੀ ਨਾਲ ਸੰਬੰਧਿਤ ਸੀ, ਉਹ ਮੁਕੰਮਲ ਹੋ ਚੁੱਕਿਆ ਇਹਨਾਂ ਦਾ ਜੀ। ਤੇ ਇਸ ਤੋਂ ਬਾਅਦ ਅਸੀਂ ਚੱਲਾਂਗੇ ਫਿਰ ਸਾਇੰਸ ਅਤੇ ਟੈਕਨੋਲੋਜੀ, ਸਾਇੰਸ ਅਤੇ ਤਕਨੀਕੀ ਸਿੱਖਿਆ ਇਸ ਰਾਊਂਡ ਵੱਲ। ਤਾਂ ਫਿਰ ਚੱਲੀਏ ਮੈਮ ਅਗਲਾ ਰਾਊਂਡ ਦੀ ਕਰਦੇ ਆਪਾਂ ਸ਼ੁਰੂਆਤ, ਤੇ ਚੱਲਦੇ ਆ ਜੀ ਊੜਾ ਟੀਮ ਦੇ ਕੋਲ। ਜੀ ਬਿਲਕੁਲ, ਊੜਾ ਟੀਮ ਲਈ ਸਵਾਲ ਹੈ, ਇਹਨਾਂ ਵਿੱਚੋਂ ਕਿਸ ਨੂੰ ਲੱਕੜ ਦੀ ਅਲਕੋਹਲ ਵਜੋਂ ਵੀ ਜਾਣਿਆ ਜਾਂਦਾ ਹੈ? ਆਪਸ਼ਨਸ ਨੇ ਮਿਥੇਨੋਲ, ਈਥਾਨੋਲ, ਪ੍ਰੋਪੈਨਲ, ਬੂਟਾਨੋਲ। ਬੂਟਾਨੋਲ। ਬੂਟਾਨੋਲ ਹਾਂਜੀ, ਪੜਿਆ ਸੀ? ਨਹੀਂ ਜੀ, ਨਹੀਂ, ਇਸੇ ਲਈ ਜਵਾਬ ਗਲਤ ਹੋ ਗਿਆ। ਸਹੀ ਜਵਾਬ ਸੀ ਮਿਥੇਨੋਲ। ਠੀਕ ਹੈ ਜੀ, ਤੇ ਇਸ ਰਾਊਂਡ ਦਾ ਜਿਹੜਾ ਪਹਿਲਾ ਸਵਾਲ ਸੀ ਉਹਦਾ ਜਵਾਬ ਗਲਤ ਹੋਣ ਕਰਕੇ 10 ਨੰਬਰ ਅਕਾਊਂਟ ਦੇ ਵਿੱਚ ਨਹੀਂ ਜੁੜ ਰਹੇ। ਹੁਣ ਫਿਰ ਚੱਲਦੇ ਹਾਂ ਜੀ ਟੀਮ ਐੜਾ ਵੱਲ। ਐੜਾ ਟੀਮ ਦਾ ਸਵਾਲ ਹੈ ਜੀ, ਐਂਟੀਪਾਇਰੇਟਿਕ ਦਵਾਈਆਂ ਦੀ ਵਰਤੋਂ ਕਿਸ ਉਦੇਸ਼ ਲਈ ਕੀਤੀ ਜਾਂਦੀ ਹੈ? ਤੁਹਾਡੇ ਆਪਸ਼ਨ ਨੇ ਜੀ ਬੁਖਾਰ ਲਈ, ਦਸਤ ਲਈ, ਖੰਘ ਲਈ ਜਾਂ ਫਿਰ ਐਲਰਜੀ ਲਈ। ਐਲਰਜੀ ਸਰ, ਐਲਰਜੀ ਵਾਸਤੇ। ਐਲਰਜੀ ਵਾਸਤੇ, ਤੇ ਇਹਨਾਂ ਦਾ ਇਹ ਜਵਾਬ ਹੈ ਜੀ ਜਿਹੜਾ ਉਹ ਬਿਲਕੁਲ ਗਲਤ ਹੋ ਚੁੱਕਿਆ, ਕਿਉਂਕਿ ਇਸਦਾ ਸਹੀ ਜਵਾਬ ਹੈ ਜੀ ਐਂਟੀਪਾਇਰੇਟਿਕ ਦਵਾਈਆਂ ਦੀ ਵਰਤੋਂ ਹੈ ਜਿਹੜੀ ਉਹ ਬੁਖਾਰ ਲਈ ਕੀਤੀ ਜਾਂਦੀ ਹੈ। ਐਂਟੀਪਾਇਰੇਟਿਕ ਕਿਹਾ ਗਿਆ ਸੀ ਜੀ। ਸੋ ਹੁਣ ਵੱਧਦੇ ਹਾਂ ਜੀ ਟੀਮ ਈੜੀ ਵੱਲ। ਇਹਨਾਂ ਵਿੱਚੋਂ ਕਿਹੜੀ ਨੋਬਲ ਗੈਸ ਹੈ? ਨਾਈਟ੍ਰੋਜਨ, ਹਾਈਡਰੋਜਨ, ਆਕਸੀਜਨ, ਹੀਲੀਅਮ। ਹੀਲੀਅਮ। ਹੀਲੀਅਮ ਨੋਬਲ ਗੈਸ ਹੈ? ਪੱਕਾ? ਪਰ ਮੈਨੂੰ ਲੱਗਦਾ ਜੇ ਨਾਈਟ੍ਰੋਜਨ ਕਹਿ ਦਿੰਦੇ ਤਾਂ ਜਵਾਬ ਗਲਤ ਹੋ ਜਾਂਦਾ, ਇਸ ਲਈ ਹੀਲੀਅਮ ਸਹੀ ਜਵਾਬ ਦਿੱਤਾ ਇਹਨਾਂ ਨੇ, ਤਾਂ 10 ਨੰਬਰ ਈੜੀ ਨੇ ਆਪਣੇ ਖਾਤੇ ਵਿੱਚ ਜੋੜ ਲਏ ਨੇ। ਸੱਸਾ ਟੀਮ ਦਾ ਸਵਾਲ ਹੈ ਜੀ, ਰਦਰਫੋਰਡ ਦੇ ਅਲਫਾ ਕਣ ਸਕੈਟਰਿੰਗ ਪ੍ਰਯੋਗ ਵਿੱਚ ਕਿਹੜੇ ਮੈਟਲ ਦਾ ਫੋਇਲ ਵਰਤਿਆ ਗਿਆ ਸੀ? ਠੀਕ ਹੈ ਜੀ,
ਤੁਹਾਡੇ ਆਪਸ਼ਨ ਨੇ ਤਾਂਬਾ, ਚਾਂਦੀ, ਸੋਨਾ ਜਾਂ ਫਿਰ ਅਲਮੀਨੀਅਮ। ਐਲੂਮੀਨੀਅਮ। ਬੜੀ ਕਸ਼ਮਕਸ਼ ਤੋਂ ਬਾਅਦ ਜਵਾਬ ਦਿੱਤਾ ਗਿਆ ਅਲਮੀਨੀਅਮ, ਜਿਹੜਾ ਕਿ ਬਿਲਕੁਲ ਗਲਤ ਹੋ ਚੁੱਕਿਆ ਹੈ, ਕਿਉਂਕਿ ਇਸ ਦਾ ਸਹੀ ਉੱਤਰ ਹੈ ਜੀ ਸੋਨਾ। ਠੀਕ ਹੈ ਜੀ, ਤੁਹਾਡੇ ਖਾਤੇ ਵਿੱਚ ਵੀ ਕੋਈ ਅੰਕ ਨਹੀਂ ਜੁੜ ਰਿਹਾ। ਇਸ ਰਾਊਂਡ ਦੇ ਜਿਹੜੇ ਪ੍ਰਸ਼ਨ ਤਾਂ ਬੜੇ ਦਿਲਚਸਪ ਨੇ, ਪਰ ਉਹਨੇ ਹੀ ਥੋੜ੍ਹੇ ਤੁਹਾਨੂੰ ਔਖੇ ਨਜ਼ਰ ਆ ਰਹੇ ਨੇ, ਹੈ ਨਾ, ਪਰ ਮੰਤਵ ਜਿਹੜਾ ਤੁਹਾਡੇ ਗਿਆਨ ਵਿੱਚ ਵਾਧਾ ਕਰਨਾ, ਇਸ ਕਰਕੇ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਵਾਬ ਸਿੱਖ ਕੇ ਜਾਓ, ਸਮਝ ਕੇ ਜਾਓ। ਹਾਂ, ਅਤੇ ਇਹਦੇ ਲਈ ਫਿਰ ਹੁਣ ਪਹੁੰਚਦੇ ਹਾਂ ਊੜਾ ਟੀਮ ਕੋਲ। ਜੈਨੇਟਿਕਸ ਦਾ ਪਿਤਾ ਕੌਣ ਹੈ? ਗ੍ਰੇਗਰ ਮੈਂਡੇਲ, ਥੋਮਸ ਹੰਟ ਮੋਰਗਨ, ਫ੍ਰਾਂਸਿਸ ਗਲਟਨ ਜਾਂ ਫਿਰ ਕ੍ਰੇਟੂਅਸ। ਫ੍ਰਾਂਸਿਸ। ਓਕੇ, ਤਾਂ ਤੁਸੀਂ ਜਵਾਬ ਦਿੱਤਾ ਹੈ ਫ੍ਰਾਂਸਿਸ ਗਲਟਨ, ਪੂਰਾ ਨਾਮ ਇਹ ਇਹਨਾਂ ਦਾ, ਠੀਕ ਹੈ, ਪਰ ਮੈਨੂੰ ਫਿਰ ਲੱਗ ਰਿਹਾ ਕਿ ਤੁਸੀਂ ਤੁੱਕਾ ਲਗਾ ਦਿੱਤਾ। ਸਹੀ ਜਵਾਬ ਸੀ ਗ੍ਰੇਗਰ ਮੈਂਡੇਲ, ਇਹਨਾਂ ਨੂੰ ਜੈਨੇਟਿਕਸ ਦਾ ਪਿਤਾ ਜਾਂ ਫਾਦਰ ਆਫ ਜੈਨੇਟਿਕਸ ਕਿਹਾ ਜਾਂਦਾ ਹੈ। ਤਾਂ ਜਵਾਬ ਗਲਤ ਹੋ ਗਿਆ, ਇਸ ਲਈ 10 ਅੰਕ ਖਾਤੇ ਵਿੱਚ ਨਹੀਂ ਜੁੜਨਗੇ। ਆੜਾ ਟੀਮ, ਅਗਲਾ ਸਵਾਲ ਤੁਹਾਡਾ ਸਵਾਲ ਹੈ ਜੀ, ਇਹਨਾਂ ਵਿੱਚੋਂ ਕਿਹੜਾ ਪ੍ਰੋਟੀਨ ਨਹਾਂ ਵਿੱਚ ਪਾਇਆ ਜਾਂਦਾ ਹੈ? ਤੁਹਾਡੇ ਆਪਸ਼ਨ ਨੇ ਕੇਰਾਟਿਨ, ਹਿਸਟੋਨ, ਐਕਟੀਨ ਜਾਂ ਫਿਰ ਇਲਾਸਟਿਨ। ਕੈਰੋਟੀਨ। ਕੈਰੋਟੀਨ, ਇਹਨਾਂ ਦਾ ਉੱਤਰ ਹੈ ਜੀ ਜਿਹੜਾ ਉਹ ਗਲਤ ਨਹੀਂ ਹੋਇਆ। ਆਪਸ਼ਨ ਦਾ ਨਾਮ ਦੁਬਾਰਾ ਪ੍ਰਨਾਊਂਸ ਕਰੋਗੇ ਤੁਸੀਂ? ਆਪਸ਼ਨ ਜਿਹੜਾ ਚੁਣਿਆ ਤੁਸੀਂ ਸਹੀ ਚੁਣਿਆ, ਉਹਦੀ ਸਹੀ ਸੀ ਜਿਹੜਾ ਉਹ ਕੇਰਾਟਿਨ ਸੀ, ਕੇਰਾਟਿਨ। ਅਤੇ ਇਸ ਦੇ ਨਾਲ ਹੀ ਇਹਨਾਂ ਦੇ ਖਾਤੇ ਵਿੱਚ ਜੁੜ ਜਾਂਦੇ ਨੇ ਜੀ 10 ਅੰਕ। ਅਤੇ ਹੁਣ ਐੜਾ ਟੀਮ 10 ਅੰਕ ਆਪਣੇ ਖਾਤੇ ਵਿੱਚ ਜੋੜ ਕੇ ਹਟੀ ਹੈ, ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਈਰੀ ਟੀਮ। ਈਰੀ ਟੀਮ, ਇਹ ਸਵਾਲ ਹੈ, ਐਲੀਮੈਂਟਰੀ ਕੈਨਾਲ ਦਾ ਸਭ ਤੋਂ ਵੱਡਾ ਹਿੱਸਾ ਕੀ ਹੈ? ਸਮਝ ਆ ਗਿਆ ਤੁਹਾਨੂੰ ਸਵਾਲ? ਤੁਹਾਡੇ ਲਈ ਆਪਸ਼ਨਸ ਨੇ ਵੱਡੀ ਅੰਤੜੀ, ਛੋਟੀ ਅੰਦਰ, ਜਿਗਰ, ਪੇਟ। ਐਲੀਮੈਂਟਰੀ ਕੈਨਾਲ, ਉਹਦਾ ਸਭ ਤੋਂ ਵੱਡਾ ਹਿੱਸਾ ਕੀ ਹੈ? ਜਿਗਰ, ਲਿਵਰ। ਲਿਵਰ। ਇਹਨਾਂ ਨੇ ਜਵਾਬ ਦਿੱਤਾ ਹੈ ਲਿਵਰ। ਇਹਦਾ ਸਹੀ ਜਵਾਬ ਹੈ ਛੋਟੀ ਅੰਦਰ, ਸਮਾਲ ਇੰਟੈਸਟਾਈਨ। ਠੀਕ ਹੈ, ਉਹ ਐਲੀਮੈਂਟਰੀ ਕੈਨਲ ਦਾ ਸਭ ਤੋਂ ਵੱਡਾ ਹਿੱਸਾ ਹੁੰਦੀ ਹੈ। ਤਾਂ ਇਸ ਵਾਰੀ ਫਿਰ ਗਲਤ ਜਵਾਬ, 10 ਨੰਬਰ ਖਾਤੇ ਵਿੱਚ ਨਹੀਂ ਜੁੜ ਰਹੇ ਅਨੰਦਪੁਰ ਸਾਹਿਬ ਦੀ ਟੀਮ ਦੇ। ਅਤੇ ਫਿਰ ਤੋਂ ਚੱਲਦੇ ਹਾਂ ਜੀ ਹੁਣ ਆਕੜ ਕਾਲਜ ਦੀ ਟੀਮ ਵੱਲ। ਆਕੜ ਕਾਲਜ, ਤੁਹਾਡੇ ਵੱਲ ਸਵਾਲ ਆ ਰਿਹਾ ਜੀ, ਪੌਦਿਆਂ ਦੇ ਸੈਕੰਡਰੀ ਵਿਕਾਸ ਲਈ ਇਹਨਾਂ ਵਿੱਚੋਂ ਕਿਹੜਾ ਟਿਸ਼ੂ ਜ਼ਿੰਮੇਵਾਰ ਹੈ? ਤੁਹਾਡੇ ਆਪਸ਼ਨ ਨੇ ਕਾਰਟੈਕਸ, ਜ਼ਾਇਲਮ, ਕੈਂਬੀਅਮ ਜਾਂ ਫਿਰ ਫਲੋਇਮ। ਫਲੋਇਮ। ਫਲੋਇਮ, ਜਲਦੀ ਬੋਲਦੇ, ਜਲਦੀ ਬੋਲਿਆ ਸੀ ਪਰ ਉਹ ਜਲਦੀ ਜਲਦੀ ਦੇ ਵਿੱਚ ਗਲਤ ਹੋ ਗਿਆ, ਕਿਉਂਕਿ ਇਸਦਾ ਸਹੀ ਉੱਤਰ ਹੈ ਜੀ ਪੌਦਿਆਂ ਦੇ ਸੈਕੰਡਰੀ ਵਿਕਾਸ ਲਈ ਇਹਨਾਂ ਵਿੱਚੋਂ ਕੈਂਬੀਅਮ ਟਿਸ਼ੂ ਜ਼ਿੰਮੇਵਾਰ ਹੈ।
ਠੀਕ ਹੈ ਜੀ, ਤੁਹਾਡਾ ਉੱਤਰ ਹੈ ਜੀ ਜਿਹੜਾ ਇਹ ਗਲਤ ਹੋ ਚੁੱਕਿਆ ਹੈ ਤੇ ਤੁਹਾਡੇ ਖਾਤੇ ਦੇ ਵਿੱਚ ਕੋਈ ਵੀ ਨੰਬਰ ਨਹੀਂ ਜੁੜਿਆ। ਤੇ ਟੀਮ ਉਹਨਾਂ ਲਈ ਇਸ ਆਖਰੀ ਰਾਊਂਡ ਦਾ ਆਖਰੀ ਸਵਾਲ, ਸਾਡੇ ਦਿਮਾਗ ਦਾ ਸਭ ਤੋਂ ਵੱਡਾ ਹਿੱਸਾ ਕਿਹੜਾ ਹੈ? ਸੈਰੇਬ੍ਰਮ, ਹਾਈਪੋਥੈਲਮਸ, ਸੈਰੇਬ੍ਰਮ, ਮੈਡੂਲਾ ਓਬਲੋਂਗਾਟਾ। ਜੀ ਸੈਰੇਬ੍ਰਮ। ਫਿਰ ਤੋਂ ਬੋਲੋਗੇ? ਸੈਰੇਬ੍ਰਮ। ਤਾਂ ਇਹਨਾਂ ਨੇ ਜਵਾਬ ਦਿੱਤਾ ਹੈ ਸੈਰੇਬ੍ਰਮ। ਫਿਰ ਕਾਹਲੀ ਕੀਤੀ? ਕਿਉਂਕਿ ਸਮਾਂ ਜੇ ਸ਼ੁਰੂ ਹੋਇਆ ਸੀ, ਤੁਸੀਂ ਜਵਾਬ ਦੇ ਦਿੱਤਾ। ਕਾਹਲੀ ਨਹੀਂ ਕਰਨੀ ਸੀ, ਪਰ ਕੋਈ ਨਹੀਂ, ਜੇ ਕਰ ਦਿੱਤੀ ਤਾਂ ਵੀ ਠੀਕ ਹੈ। ਸਹੀ ਜਵਾਬ ਹੈ ਇਹਨਾਂ ਦਾ, ਤੇ ਇਸ ਵਾਰ ਇਹਨਾਂ ਨੇ ਆਪਣੇ ਖਾਤੇ 'ਚ 10 ਨੰਬਰ ਜੋੜ ਲਏ ਹਨ। ਆੜਾ ਟੀਮ, ਤੁਹਾਡਾ ਸਵਾਲ ਹੈ ਜੀ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ? ਤੁਹਾਡੇ ਆਪਸ਼ਨ ਨੇ ਸਕਰਵੀ, ਪਾਗਲਪਨ, ਰੇਬੀਜ਼, ਰੰਗ ਅੰਨਾਪਨ। ਰੇਬੀਜ਼ ਜਵਾਬ ਆਉਂਦਾ ਸੀ ਤੇ ਬੜੀ ਉਤਸੁਕਤਾ ਦੇ ਨਾਲ ਜਵਾਬ ਦਿੱਤਾ ਹੈ ਨਾਲ ਦੀ ਨਾਲ। ਜਵਾਬ ਆਉਂਦਾ ਕਿ ਇਹ ਸਾਡੇ ਚੋਂ ਇੱਕ ਨੂੰ ਕੁੱਤੇ ਨੇ ਵੱਢਿਆ ਹੋਇਆ, ਇਸ ਲਈ ਸਾਨੂੰ ਪਤਾ ਹੈ। ਫਿਰ ਉਹ ਕੌਣ ਹੈ? ਪ੍ਰੈਕਟੀਕਲੀ ਇਹ ਜਵਾਬ ਦਿੰਦੇ ਨੇ ਜੋ ਬੀਤੀ ਹੁੰਦੀ ਹੈ ਹੱਡ ਵਿੱਚ। ਜੀ ਜੀ, ਤੇ ਇਹਨਾਂ ਦਾ ਇਹ ਤਜਰਬਾ ਹੈ ਜਿਹੜਾ ਉਹ ਕੰਮ ਆਇਆ, ਕਿਉਂਕਿ ਸਹੀ ਜਵਾਬ ਇਹਨਾਂ ਨੇ ਦੇ ਦਿੱਤਾ ਹੈ ਤੇ ਆਪਣੇ ਖਾਤੇ ਵਿੱਚ ਕਿੰਨੇ ਨੰਬਰ ਜੋੜੇ ਨੇ? 10 ਅੰਕ ਜੋੜ ਲਏ ਨੇ। ਤੇ ਅੰਦਾਜ਼ਾ ਵੀ ਲਗਾ ਲਿਆ, ਕੈਲਕੂਲੇਸ਼ਨ ਚੱਲ ਰਹੀ ਹੈ ਕਿ ਕੁੱਲ ਕਿੰਨੇ ਨੰਬਰ ਹੋ ਗਏ? ਹੁਣ ਨਹੀਂ ਚੇਤਾ, ਹੈ ਨਾ, ਹੁਣ ਛੱਡਤੀ ਹੈ ਤਾਂ ਹੀ ਚਿਹਰੇ 'ਤੇ ਸਮਾਈਲ ਵੀ ਨਜ਼ਰ ਆ ਰਹੀ ਹੈ। ਹੁਣ ਚੱਲਦੇ ਹਾਂ ਜੀ ਈਡੀ ਟੀਮ ਕੋਲ, ਈਡੀ ਟੀਮ ਲਈ ਆਖਰੀ ਸਵਾਲ ਇਸ ਮੁਕਾਬਲੇ ਦਾ। ਵਾਈਡਲ ਟੈਸਟ ਦੀ ਵਰਤੋਂ ਕਿਸ ਬਿਮਾਰੀ ਦੇ ਇਲਾਜ ਲਈ ਕੀਤੀ ਜਾਂਦੀ ਹੈ? ਆਪਸ਼ਨਸ ਨੇ ਮਲੇਰੀਆ, ਹੈਜ਼ਾ, ਟਾਈਫਾਈਡ, ਸੈਲਮੋਨੇਲੋਸਿਸ। ਟਾਈਫਾਈਡ। ਸੋ ਵਾਈਡਲ ਟੈਸਟ ਦੀ ਵਰਤੋਂ ਹੈ ਜਿਹੜੀ ਟਾਈਫਾਈਡ ਦੀ ਬਿਮਾਰੀ ਦੇ ਆ ਉਹਦੇ ਇਲਾਜ ਲਈ ਕੀਤੀ ਜਾਂਦੀ ਹੈ। ਸਹੀ ਹੈ ਜਵਾਬ, ਇਸ ਵਾਰ ਕਾਹਲੀ ਕੀਤੀ? ਹੋਣਾ ਚਾਹੀਦਾ ਇਹ ਜਾਂ ਹੈਗਾ ਹੀ? ਜਵਾਬ ਦੱਸੋ, ਸਹੀ ਹੈ, ਹੋਣਾ ਚਾਹੀਦਾ ਯਾ ਇਹ ਗੱਲ ਹੈ ਨਾ, ਇਹ ਸਪਿਰਿਟ ਹੋਣੀ ਚਾਹੀਦੀ ਹੈ, ਇਹ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਤੇ ਫਿਰ ਜਵਾਬ ਵੀ ਸਹੀ ਹੈ। ਤੇ 10 ਨੰਬਰ ਆਖਰੀ ਸਵਾਲ ਤੁਹਾਨੂੰ ਪੁੱਛਿਆ ਗਿਆ ਸੀ, ਤੁਸੀਂ ਆਪਣੇ ਖਾਤੇ ਵਿੱਚ ਜੋੜ ਲਏ ਨੇ। ਤੇ ਜੇ ਖੁਸ਼ ਹੋ ਤਾਂ ਇੱਕ ਵਾਰੀ ਫਿਰ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਚੱਲਦੇ ਹਾਂ ਜੀ ਸੱਸਾ ਟੀਮ ਵੱਲ, ਉਮੀਦ ਹੈ ਕਿ ਉਹ ਵੀ ਸਮਾਪਤੀ ਬਹੁਤ ਖੂਬਸੂਰਤ ਕਰਨਗੇ ਇਸ ਰਾਊਂਡ ਦੀ। ਸੱਸਾ ਟੀਮ, ਆਖਰੀ ਸਵਾਲ, ਆਖਰੀ ਰਾਊਂਡ, ਕੀ ਲੱਗਦਾ ਹੈ? ਤੱਕ ਤੱਕ ਕਰ ਰਿਹਾ ਹੈ ਦਿਲ? ਪੁੱਛ ਲਾ ਸਵਾਲ। ਹਾਂਜੀ ਦੇਖ ਲਓ। ਹਾਂਜੀ ਚਲੋ ਜੀ, ਫਿਰ ਤੁਹਾਡਾ ਸਵਾਲ ਆ ਰਿਹਾ ਜੀ, ਕਮਰੇ ਦੇ ਤਾਪਮਾਨ ਤੇ ਕਿਹੜੀ ਗੈਰ ਧਾਤੂ ਤਰਲ ਹੁੰਦੀ ਹੈ? ਤੁਹਾਡੇ ਆਪਸ਼ਨ ਨੇ ਜੀ ਫਾਸਫੋਰਸ, ਬ੍ਰੋਮੀਨ, ਹੀਲੀਅਮ ਜਾਂ ਫਿਰ ਕਲੋਰੀਨ। ਹੀਲੀਅਮ। ਹੀਲੀਅਮ ਕੀ ਲੱਗਦਾ ਹੈ? ਮੈਂ ਪਹਿਲਾਂ ਹੀ ਪੁੱਛਿਆ ਸੀ ਕਿ ਡਰ ਤਾਂ ਨਹੀਂ ਲੱਗ ਰਿਹਾ, ਤੇ ਤੁਹਾਨੂੰ ਡਰ ਲੱਗਣਾ ਵੀ ਨਹੀਂ ਚਾਹੀਦਾ ਕਿਉਂਕਿ ਇੱਥੇ ਤੁਸੀਂ ਸਿੱਖਣ ਆਏ ਹੋ। ਤੇ ਤੁਹਾਨੂੰ ਦੱਸ ਦਈਏ ਕਿ ਕਮਰੇ ਦੇ ਤਾਪਮਾਨ ਤੇ ਕਿਹੜੀ ਗੈਰ ਧਾਤੂ ਜਿਹੜੀ ਤਰਲ ਹੁੰਦੀ ਹੈ ਉਹ ਹੈ ਬ੍ਰੋਮੀਨ, ਠੀਕ ਹੈ ਜੀ। ਤੇ ਇਸ ਦੇ ਨਾਲ ਹੀ ਇਸ ਟੀਮ ਦੇ ਖਾਤੇ ਦੇ ਵਿੱਚ ਕੋਈ ਵੀ ਅੰਕ ਨੇ ਜਿਹੜੇ ਉਹ ਨਹੀਂ ਜੁੜ ਰਹੇ, ਤੇ ਅੱਜ ਦਾ ਸਾਡਾ ਇਹ ਮੁਕਾਬਲਾ ਹੈ ਜਿਹੜਾ
ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਸਾਡੇ ਜੱਜ ਸਾਹਿਬਾਨ ਰਿਜ਼ਲਟ ਅਨਾਊਂਸ ਕਰਨਗੇ। ਜੀ, ਮੁਕਾਬਲਾ ਸਮਾਪਤ ਹੋ ਗਿਆ, ਪਰ ਮੁਕਾਬਲੇ ਦੇ ਨਤੀਜੇ ਹਜੇ ਆਉਣੇ ਬਾਕੀ ਹਨ, ਜੋ ਕਿ ਸਾਡੇ ਜੱਜ ਸਾਹਿਬਾਨ ਦੇ ਪਾਸੋਂ ਸਾਨੂੰ ਪਤਾ ਲੱਗਣੇ ਨੇ। ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਕਪੂਰਥਲਾ ਦੇ ਅੰਕ ਹਨ ਜੀ 60। ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪ੍ਰਾਪਤ ਕੀਤੇ 80 ਅੰਕ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਹਾਸਲ ਕੀਤੇ 100 ਅੰਕ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ ਪਟਿਆਲਾ ਨੇ ਹਾਸਲ ਕੀਤੇ ਨੇ ਜੀ 100 ਅੰਕ। ਇਸੇ ਨਾਲ ਹੀ ਸਾਰੀਆਂ ਟੀਮਾਂ ਵਧਾਈ ਦੀਆਂ ਪਾਤਰ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੱਜ ਸਾਹਿਬ ਵੱਲੋਂ ਇਸ ਮੁਕਾਬਲੇ ਦੇ ਜਿਹੜੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਨੇ, ਸਾਰੀਆਂ ਟੀਮਾਂ ਦੇ ਅੰਕ ਦੱਸੇ ਗਏ ਹਨ, ਤਾਂ ਇਹਨਾਂ ਅੰਕਾਂ ਦੇ ਆਧਾਰ 'ਤੇ ਹੁਣ ਸੈਮੀਫਾਈਨਲ ਦੇ ਵਿੱਚ ਜਿਹੜੀਆਂ ਦੋ ਟੀਮਾਂ ਸਾਡੇ ਨਾਲ ਅੱਗੇ ਜਾ ਰਹੀਆਂ ਨੇ, ਉਹ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਈੜੀ ਟੀਮ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ ਪਟਿਆਲਾ ਦੀ ਟੀਮ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਤੇ ਅੱਜ ਦੇ ਇਹਨਾਂ ਮੁਕਾਬਲਿਆਂ ਦੇ ਵਿੱਚ ਜੇਤੂ ਟੀਮਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ, ਤੇ ਜਿਹੜੀਆਂ ਟੀਮਾਂ ਦੀ ਅੱਜ ਇੱਥੋਂ ਘਰ ਵਾਪਸੀ ਹੋ ਰਹੀ ਹੈ ਉਹਨਾਂ ਨੂੰ ਸ਼ੁਭ ਇੱਛਾਵਾਂ, ਕਿਉਂਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਉਹ ਵੀ ਉਹੀ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਹੈ, ਇੱਥੋਂ ਤੱਕ ਪਹੁੰਚਣਾ ਹੈ ਜਿਹੜਾ ਉਹ ਵੱਡੀ ਗੱਲ ਹੈ। ਮੁਕਾਬਲੇ ਦੇ ਵਿੱਚ ਭਾਗ ਲੈਣਾ ਵੱਡੀ ਗੱਲ ਹੁੰਦੀ ਹੈ, ਇੱਥੋਂ ਜਿੱਤ ਕੇ ਜਾਣਾ ਹਾਰ ਕੇ ਜਾਣਾ ਉਹ ਮਾਇਨੇ ਨਹੀਂ ਰੱਖਦਾ, ਕਿਉਂਕਿ ਤੁਸੀਂ ਇੱਥੋਂ ਜਿੱਤ ਹਾਰ ਨਹੀਂ ਸਿੱਖ ਕੇ ਜਾ ਰਹੇ ਹੋ। ਠੀਕ ਹੈ ਜੀ, ਜੇ ਤੁਸੀਂ ਦੇਖ ਰਹੇ ਸੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਤੋਂ ਸਿੱਧਾ ਪ੍ਰਸਾਰਣ। ਫਿਰ ਮਿਲਾਂਗੇ 4 ਨਵੀਆਂ ਟੀਮਾਂ ਦੇ ਨਾਲ, ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।